ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰਾਂ ਜੀ ਜਗਤਾਰ ਸਿੰਘ ਜੱਗੀ ਬਹੁਤ ਬਹੁਤ ਸਵਾਗਤ ਹੈ ਜੀ ਇਸ ਖਾਸ ਲਾਈਵ ਸ਼ੋਅ ਦੇ ਵਿੱਚ ਅੱਜ ਦਾ ਲਾਈਵ ਸ਼ੋਅ ਸਾਡੇ ਦਰਸ਼ਕਾਂ ਵਾਸਤੇ ਖਾਸ ਹੋਏਗਾ ਕਿਉਂਕਿ ਜਿਹੜੀ ਅਸੀਂ ਅੱਜ ਗੱਲ ਕਰਨੀ ਹੈ ਜਿਸ ਵਿਸ਼ੇ ਬਾਰੇ ਅੱਜ ਗੱਲ ਕਰਨੀ ਹੈ ਉਹ ਇੱਕ ਐਸਾ ਵਿਸ਼ਾ ਵੈਸੇ ਤਾਂ ਸਿਆਣੇ ਕਹਿੰਦੇ ਵੀ ਜਿਹੜੇ ਉਹ ਲੱਡੂ ਖਾਦਾ ਉਹ ਵੀ ਪਛਤਾਇਆ ਜਿਹਨੇ ਨਹੀਂ ਖਾਦਾ ਉਹ ਵੀ ਪਛਤਾਇਆ ਤੇ ਪਰ ਉਹ ਇਹ ਹੈ ਵੀ ਹਰੇਕ ਦੇ ਨਾਲ ਉਹ ਚੀਜ਼ ਹੁੰਦੀ ਹੈ ਰਸਮ ਕਹਿ ਲੋ ਅਸੀਂ ਗੱਲ ਕਰਦੇ ਆ ਵਿਆਹ ਦੀ ਵੈਸੇ ਕਹਿੰਦੇ ਸਿਆਣੇ ਵੀ ਜੋੜੀਆਂ ਧਰੋਂ ਬਣਾ ਕੇ ਆਉਂਦੀਆਂ ਲਿਖ ਕੇ ਆਉਂਦੀਆਂ ਤੇ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਮਿਲਦੇ ਆ ਪਰ ਫਿਰ ਵੀ ਇੱਕ ਜ਼ਰੀਆ ਚਾਹੀਦਾ ਹੁੰਦਾ ਵਿਆਹ ਤਕਰੀਬਨ ਤਕਰੀਬਨ ਸਭ ਦੇ ਹੋਏ ਨੇ ਜਾਂ ਹੋਣਗੇ ਕੋਈ ਇੱਕਾ ਦੁੱਕਾ ਚਾਹੇ ਹੋਏਗਾ ਜਿਨ੍ਹਾਂ ਨੇ ਵਿਆਹ ਨਹੀਂ ਕਰਾਏ ਹੋਣਗੇ ਰਾਹੁਲ ਗਾਂਧੀ ਵਰਗੇ ਪਰ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਸਾਡੇ ਤੇ ਬਹੁਤ ਵੱਡੀ ਚਿੰਤਾ ਇਹ ਰਹਿੰਦੀ ਆ ਵੀ ਰਿਸ਼ਤਾ ਮੁੰਡੇ ਦਾ ਕੁੜੀ ਦਾ ਕਰੀਏ ਕਿੱਥੇ ਤੇ ਕਿਵੇਂ ਠੀਕ ਰਹੇਗਾ ਸਭ ਤੋਂ ਵੱਡੀ ਚਿੰਤਾ ਉਦੋਂ ਹੀ ਵੱਡੀ ਚਿੰਤਾ ਇਹ ਆ ਵੀ ਰਿਸ਼ਤਾ ਜੇ ਕਰ ਦਿੱਤਾ ਤੇ ਉਹ ਗਾਂ ਨਿਭੇਗਾ ਨਹੀਂ ਨਿਭੇਗਾ ਕਾਫੀ ਜਿਹੜੀਆਂ ਇਹ ਵੀ ਇੱਕ ਬੜਾ ਵੱਡਾ ਸਵਾਲ ਦਿਮਾਗ ਦੇ ਵਿੱਚ ਹੁੰਦਾ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਹੱਲ ਵਾਸਤੇ ਇੱਕ ਬੜਿਆ-ਵਧੀਆ ਉਪਰਾਲਾ ਕੀਤਾ ਸਾਡੇ ਕੈਨੇਡਾ ਦੇ ਵਿੱਚ ਬੈਠੇ ਨੇ ਮਿੱਤਰ ਉਹਨਾਂ ਨੇ ਤਾਂ ਕਿ ਸਾਨੂੰ ਕਾਸਤੋਂ ਸਾਡੀ ਕਮਿਊਨਿਟੀ ਨੂੰ ਇਸ ਗੱਲ ਦੀ ਚਿੰਤਾ ਥੋੜੀ ਜਿਹੀ ਘੱਟ ਹੋਵੇ ਕਿ ਕਿਵੇਂ ਕਰਨਾ ਵਿਆਹ ਮੁੰਡਾ ਕੁੜੀ ਕਿਵੇਂ ਲੱਭਣਾ ਸੋ ਨਾ ਹੀ ਪਹਿਲੀ ਗੱਲ ਤੇ ਬੜਾ ਪਿਆਰਾ ਜੀ ਉਹਨਾਂ ਦੀ ਕੰਪਨੀ ਦਾ ਆਪਾਂ ਅਕਸਰ ਸੁਣਦੇ ਹੁੰਨੇ ਆ ਤੇ ਇਹਨਾਂ ਦੀ ਕੰਪਨੀ ਦਾ ਨਾਮ ਹੈਗਾ ਰਿਸ਼ਤਾਡਿਪੂ.com ਤੇ ਉਹਦੇ ਸੀਈਓ ਤੇ ਜਿਹੜੇ ਹੈਗੇ ਨੇ ਫਾਊਂਡਰ ਉਹ ਸਾਡੇ ਨਾਲ ਜੁੜੇ ਨੇ ਕਰਨ ਸਿੰਘ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਕੋਲ ਰਿਸ਼ਤਿਆਂ ਬਾਰੇ ਜਾਣਕਾਰੀ ਲਵਾਂਗੇ ਤੇ ਸਵਾਗਤ ਕਰਦੇ ਆ ਕਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚੱਲ ਜੀ थैंक यू ਵੈਰੀ ਮੱਚ ਫॉर द ਵਾਰਮ ਇੰਟਰੋਡਕਸ਼ਨ ਬਹੁਤ ਵਧੀਆ ਜੀ ਮੈਂ ਕਹਿੰਦਾ ਪਹਿਲੀ ਗੱਲ ਤਾਂ ਤੁਹਾਡੇ ਨਾਮ ਸੁਣ ਕੇ ਨਾ ਜੀ ਕੰਪਨੀ ਦਾ ਮਨ ਖੁਸ਼ ਹੋ ਜਾਂਦਾ ਕਿਉਂਕਿ ਪਹਿਨਾ ਪਿੰਡਾਂ ਦੇ ਵਿੱਚ ਅਗਰ ਦੇਖਦੇ ਸੀ ਨਾ ਤੇ ਪਿੰਡਾਂ 'ਚ ਮੁਨਾਦੀ ਵਾਲਾ ਇੱਕ ਹੋਂਦਾ ਹੁੰਦਾ ਸੀ ਕਈ ਵਾਰੀ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਸਸਤੇ ਕੱਪੜੇ ਦਾ ਡੀਪੂ ਖੁੱਲ ਗਿਆ ਤੇ ਤੇ ਉਹਦੇ ਤੋਂ ਪਤਾ ਨਾ ਇਹ ਲੱਗਦਾ ਸੀ ਵੀ ਡੀਪੂ ਕੱਪੜੇ ਦਾ ਖੁੱਲ ਗਿਆ ਤੇ ਉਹਦੇ 'ਚ ਹਰ ਤਰ੍ਹਾਂ ਦਾ ਕੱਪੜਾ ਮਿਲ ਸਕਦਾ ਇਹਦਰਲੇ ਮੁਲਕਾਂ ਦੀ ਅਸੀਂ ਅਮਰੀਕਾ ਦੀ ਖਾਸ ਤੌਰ ਤੇ ਗੱਲ ਕਰੀਏ ਤੇ ਇੱਥੇ ਹੋਮ ਡੀਪੂ ਇੱਕ ਹੈਗਾ ਸ਼ਾਇਦ ਕੈਨੇਡਾ 'ਚ ਵੀ ਹੋਵੇ ਉੱਥੋਂ ਇਹਦਾ ਮਤਲਬ ਇਹ ਹੈ ਕਿ ਹੋਮ ਡੀਪੂ ਤੋਂ ਕੋਈ ਵੀ ਛੋਟੀ ਤੋਂ ਲੈ ਕੇ ਵੱਡੀ ਚੀਜ਼ ਜਿਹੜੀ ਆ ਉੱਥੇ ਤੁਹਾਨੂੰ ਮਿਲ ਜਾਣੀ ਆ ਸੋ ਜਿਵੇਂ ਤੁਹਾਡਾ ਰਿਸ਼ਤਾ ਡੀਪੂ ਹੈ ਜੀ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਇਸ ਡੀਪੂ ਦੇ ਵਿੱਚ ਵੀ ਮਿੱਟੀ ਦਾ ਤੇਲ ਤੇ ਨਹੀਂ ਮਿਲੂਗਾ ਪਰ ਹਰ ਤਰ੍ਹਾਂ ਦਾ ਰਿਸ਼ਤਾ ਜ਼ਰੂਰ ਮਿਲੂਗਾ ਸੋ ਇਹ ਵੱਖਰੀ ਤਰ੍ਹਾਂ ਦਾ ਨਾਮ ਕਰਨ ਦੀ ਪਾਇਆ ਲਿਆ ਤੁਸੀਂ ਰੱਖਿਆ ਕੰਪਨੀ ਦਾ ਪਹਿਲਾਂ ਤੇ ਇਹ ਕੰਪਨੀ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਬਿਲਕੁਲ ਜਗੀ ਪਾਜੀ ਰਿਸ਼ਤਾ debu.com ਇੱਕ ਪਰਸਨਲਾਈਜ਼ਡ ਮੈਚ ਮੇਕਿੰਗ ਸਰਵਿਸ ਆ ਜੀ ਜਿਹਦੇ ਵਿੱਚ ਕੀ ਪ੍ਰੋਫੈਸ਼ਨਲ ਮੈਚ ਮੇਕਰ ਜਿਨ੍ਹਾਂ ਨੂੰ ਪੁਰਾਣੇ ਜ਼ਮਾਨੇ 'ਚ ਵਿਚੋਲੇ ਵੀ ਕਿਹਾ ਜਾਂਦਾ ਸੀ ਹਾਂਜੀ ਕਿ ਉਹ ਤੁਹਾਡੀ ਹੈਲਪ ਕਰਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਸੂਟੇਬਲ ਰਿਸ਼ਤੇ ਤੁਹਾਡੇ ਲਈ ਲੱਭ ਕੇ ਦਿੰਦੇ ਨੇ ਤੇ ਰਿਸ਼ਤੇ ਸਿਰਫ ਤੇ ਸਿਰਫ ਉਹ ਹੀ ਦਿਖਾਏ ਜਾਂਦੇ ਨੇ ਜਿਹੜੇ ਕੀ ਮੋਸਟ ਸੂਟੇਬਲ ਹੁੰਦੇ ਨੇ ਜੀ ਤਾਂ ਜੋ ਕਲਾਇੰਟਸ ਦਾ ਟੀਮ ਕੀਮਤੀ ਟਾਈਮ ਆ ਬਿਲਕੁਲ ਖਰਾਬ ਨਾ ਹੋਵੇ ਤੇ ਇੱਕ ਰਿਸ਼ਤਾ ਲੱਭਣ ਲੱਗਿਆਂ ਇੱਕ ਬਹੁਤ ਇੱਕ ਮਿਹਨਤ ਵੀ ਲੱਗਦੀ ਹੈ ਤੇ ਐਫਰਟ ਵੀ ਲੱਗਦਾ ਹੈ ਉਹ ਕਲਾਇੰਟ ਦਾ ਵਾਅਦਾ ਤੋਂ ਵਾਅਦਾ ਬਚਾਇਆ ਜਾਵੇ ਸੋ ਇਹ ਸੋਚ ਦੇ ਨਾਲ ਅਸੀਂ ਰਿਸ਼ਤਾਡੀਪੋ.com ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਦੀ ਡੇਟ ਦੇ ਵਿੱਚ ਰਿਸ਼ਤਾਡੀਪੋ.com ਦੇ ਆਫਿਸਿਸ ਹਰ ਜਗ੍ਹਾ ਹੈਗੇ ਨੇ ਕੈਨੇਡਾ ਯੂ ਐਸ ਯੂ ਕੇ ਇੰਡੀਆ ਦੇ ਵਿੱਚ ਜੀ ਤੋਂ ਵੱਡੇ ਪੱਦਰ ਤੇ ਪੰਜਾਬੀ ਸਾਨੂੰ ਜੁਆਇਨ ਕਰ ਰਹੇ ਨੇ ਇਸ ਸਰਵਿਸ ਦਾ ਫਾਇਦਾ ਲੈ ਰਹੇ ਨੇ ਆਪਣੇ ਤੇ ਆਪਣੇ ਬੱਚਿਆਂ ਦੀ ਜੀਵਨ ਸਾਥੀ ਲੱਭਣ ਦੇ ਵਿੱਚ ਹਾਂਜੀ ਅੱਛਾ ਤੁਸੀਂ ਇਹਦੇ ਫਾਊਂਡਰ ਉਹ ਕੰਪਨੀ ਦੇ ਜੀਵਨ ਸਾਥੀ ਲੱਭਣ ਵਾਲੀ ਕੰਪਨੀ ਦੇ ਵਿੱਚ ਆਮ ਤੁਹਾਡੀ ਉਮਰ ਹਜੇ ਬਹੁਤ ਘੱਟ ਲੱਗਦੀ ਹੈ ਕਿ ਤੁਸੀਂ ਤੁਸੀਂ ਆਪਦੇ ਲਈ ਹਜੇ ਰਿਸ਼ਤਾ ਨਹੀਂ ਲੱਭਿਆ ਸੀਗਾ ਜਾਂ ਮਤਲਬ ਰਿਸ਼ਤਾ ਕੋਈ ਲੇਟ ਹੋ ਗਿਆ ਸੀ ਕਿਸੇ ਦਾ ਫਿਰ ਤੁਸੀਂ ਸੋਚਿਆ ਵੀ ਇਹੀ ਕੰਮ ਕਰਾਈਏ ਆਪਾਂ ਜੀ ਮੈਂ हां जी ਮੈਨ ਲੱਗਦਾ ਯੰਗ ਆ ਪਰ ਮੇਰੀ ਉਮਰ ਇੰਨੀ ਯੰਗ ਨਹੀਂ ਹੈਗੀ ਆਮ ਹਮ 34 ইয়ার্স ওল্ড ঠিক হ জি ਤੇ বাকি हां जी ਵੈਸੇ ਯੰਗ ਵੀ ਕਹਿ ਸਕਦੇ ਹੋ ਤੁਸੀਂ ਯੰਗ ਬਿਲਕੁਲ ਡੈਫੀਨੇਟਲੀ ਤੇ বাকি ਆਪਣਾ ਦੇਖੋ ਇਹ ਮੈਂ ਭਾਜੀ ਬਹੁਤ ਆਪਣੇ ਨਾਰਥ ਅਮਰੀਕਨ ਕੰਟਰੀਜ਼ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਪ੍ਰੋਬਲਮ ਦੇਖੀ ਹੈ ਮੈਂ ਕਾਫੀ মিডিਆ ਦੇ ਵਿੱਚ ਤੇ ਵੈਸੇ ਵੀ ਪ੍ਰੋਗਰਾਮਸ ਦੇ ਵਿੱਚ ਜਾਂਦਾ ਆਂਦਾ ਰਿਹਾ ਆਪਣੇ ਬਹੁਤ ਵਿਚਰਦਾ ਕਮਿਊਨਿਟੀ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ ਸੀ ਕਿ ਇਹ ਜਿਹੜੀ ਪ੍ਰੋਬਲਮ ਆ ਹਰ ਇੱਕ ਘਰ ਦੇ ਵਿੱਚ ਹੈਗੀ ਹੈ ਜਦੋਂ ਬੱਚੇ ਆਪਣੇ এডੂਕੇਸ਼ਨ ਤੋਂ ਬਾਅਦ ਸਾਰੇ ਇੱਥੇ এডੂਕੇਸ਼ਨ ਤੇ ਆਪਣੇ ਲੈ ਲੈਂਦੇ ਨੇ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ ਲੇਕਿਨ ਜਦੋਂ ਵਿਆਹ ਸ਼ਾਦੀ ਦੀ ਗੱਲਬਾਤ ਆਉਂਦੀ ਹੈ ਕਿਤੇ ਨਾ ਕਿਤੇ ਆ ਕੇ ਆਪਣੀਆਂ ਪ੍ਰੇਫਰੈਂਸ ਅਕੋਰਡਿੰਗਲੀ ਆਪਾਂ ਨੂੰ ਰਿਸ਼ਤੇ ਮਿਲ ਨਹੀਂ ਪਉਂਦੇ ਸੋ ਇਹੀ ਥਾਟ ਦੇ ਕਰਕੇ ਅਸੀਂ ਰਿਸ਼ਤਾ ਡੀਪੋ.com ਦੀ ਸ਼ੁਰੂਆਤ ਕੀਤੀ ਸੀ ਤੇ ਨਾਲ ਦੇ ਨਾਲ ਰਿਸ਼ਤਾ ਡੀਪੋ.com ਇੱਕ ਅਜਿਹਾ ਪਲੇਟਫਾਰਮ ਆ ਕਿ ਜਿਹਦੇ ਵਿੱਚ ਤੁਸੀਂ ਆਪਣੇ ਇੱਕ ਪ੍ਰਾਈਵੇਟ ਪਾਰਟਨਰ ਸਰਚ ਕਰ ਸਕਦੇ ਹੋ ਵਿਚ ਮੀਨਸ ਕਿ ਤੁਹਾਡੀਆਂ ਪਿਕਚਰਸ ਤੇ ਤੁਹਾਡੀ ਪ੍ਰੋਫਾਈਲ ਜਿਹੜੀ ਡੀਟੇਲਸ ਆ ਕਿਤੇ ਵੀ ਅਸੀਂ ਪਬਲਿਕਲੀ ਪੋਸਟ ਨਹੀਂ ਕਰਦੇ अच्छा जी राइट सो ਜਿਹੜੇ ਕਲਾਇੰਟਸ ਬਹੁਤ ਕੰਫਰਟੇਬਲ ਮਹਿਸੂਸ ਕਰਦੇ ਨੇ ਸਾਨੂੰ ਇਨਫੋਰਮੇਸ਼ਨ ਦੇਣ ਲੱਗਿਆਂ ਕਿਉਂਕਿ ਉਹ ਉਹਨਾਂ ਦਾ ਆਪਣੇ ਬੇਟੇ ਬੇਟੀ ਦਾ ਜਦੋਂ ਰਿਸ਼ਤਾ ਕਰਨਾ ਹੁੰਦਾ ਅਸੀਂ ਲੋਕਲੀ ਇਥੇ ਐਲਏ ਦੇ ਵਿੱਚ ਇੱਕ ਰਿਸ਼ਤਾ ਜੋੜੇ ਸੀ ਭਾਜੀ ਐਲਪੀਡੀ ਦੇ ਵਿੱਚ ਲੜਕਾ ਕੰਮ ਕਰਦਾ ਸੀ ਜੀ ਸੋ ਉਹ ਨੇਚਰਲੀ ਉਹਨਾਂ ਦੀ ਜੌਬ ਇਸ ਤਰ੍ਹਾਂ ਦੀ ਸੀ ਕਿ ਤੁਸੀਂ ਉਹ ਕਿਤੇ ਵੀ ਇਨਫੋਰਮੇਸ਼ਨ ਆਪਣੀ ਨਹੀਂ ਪਾ ਸਕਦੇ ਪਿਕਚਰਸ ਕਿਤੇ ਨਹੀਂ ਪਾ ਸਕਦੇ ਸੋ ਉਹਨਾਂ ਦੇ ਮਦਰ ਨੇ ਸਾਨੂੰ ਕੰਟੈਕਟ ਕੀਤਾ ਵੀ ਹਾਂਜੀ ਅਸੀਂ ਰਿਸ਼ਤਾ ਦੇਖ ਰਹੇ ਹਾਂ ਤੁਹਾਡਾ ਜਸ ਪੰਜਾਬੀ ਤੋਂ ਹੈ ਉਹਨਾਂ ਨੇ ਸੁਣਿਆ ਸੀ ਤੇ ਇਹ ਤੁਹਾਡਾ ਆਪਣਾ ਰਿਸ਼ਤਾ ਦੇਖ ਰਹੇ ਆਂ ਬੇਟੇ ਵਾਸਤੇ ਤੁਸੀਂ ਆਪਣਾ ਲੇਕਿਨ ਸਾਡੀ ਇਹ ਰਿਕੁਆਇਰਮੈਂਟ ਹੈ ਕਿ ਬੇਟੇ ਦੀ ਇਨਫੋਰਮੇਸ਼ਨ ਕਿਤੇ ਤੁਸੀਂ ਪਬਲਿਕਲੀ ਨਾ ਸਾਂਝੀ ਸਾਂਝੀ ਨਾ ਕਰੋ ਲੇਕਿਨ ਅਸੀਂ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦਾ ਦੋ ਤਿੰਨ ਵੀਕਾਂ ਦੇ ਵਿੱਚ ਹੀ ਉਹਨਾਂ ਦੀ ਲਈ ਇੱਕ ਸੂਟੇਬਲ ਰਿਸ਼ਤਾ ਨਾਲ ਨੂੰ ਭੇਜ ਦਿੱਤਾ ਤੇ ਸੋ ਜਿਹੜੇ ਕਿ ਇਨਫੋਰਮੇਸ਼ਨ ਹੈ ਇਹ ਸਿਰਫ ਤੇ ਸਿਰਫ ਸਾਡੀ ਟੀਮ ਕੋਲ ਹੁੰਦੀ ਹੈ ਤੇ ਜਾਂ ਅਗਰ ਕੋਈ ਕਨਸਰਨਡ ਪਾਰਟੀ ਹੈ ਜੇ ਇੱਕ ਦੂਸਰੀ ਫੈਮਿਲੀ ਆ ਉਹਨਾਂ ਦੇ ਕੋਲ ਜਾਂਦੀ ਹੈ ਬਾਏ ਚੈਕਿੰਗ ਆਲ ਦਾ ਬੈਕਗਰਾਉਂਡ ਐਂਡ ਵੈਰੀਫਿਕੇਸ਼ਨ ਸੋ ਇੱਕ ਬੜਾ ਇੱਕ ਸਿੰਪਲ ਤੇ ਭਰੋਸੇਮੰਦ ਤਰੀਕਾ ਹੈ ਕਿ ਤੁਸੀਂ ਆਪਣੇ ਲਈ ਤੇ ਆਪਣੇ ਬੱਚਿਆਂ ਵਾਸਤੇ ਰਿਸ਼ਤੇ ਵਧੀਆ ਦੇਖ ਸਕਦੇ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਤੁਹਾਡੀ ਕੰਪਨੀ ਦਾ ਕੰਮ ਹੈਗਾ ਅੱਛਾ ਜਿਵੇਂ ਅਸੀਂ ਤੁਸੀਂ ਕਹਿੰਦੇ ਮੈਚ ਮੈਚਿੰਗ ਜਿਹੜੇ ਪ੍ਰੋਫੈਸ਼ਨਲ ਹੈਗੇ ਨੇ ਤੁਹਾਡੇ ਕੋਲ ਪਹਿਲੇ ਸਮੇਂ ਦੇ ਅਸੀਂ ਗੱਲ ਕਰੀਏ ਤਾਂ ਟੇਵਾ ਮਲਾਇਆ ਜਾਂਦਾ ਸੀਗਾ ਮੁੰਡੇ ਕੁੜੀ ਦਾ ਜਾ ਗੋਣ-ਔਗਣ ਵੀ ਕਿਤੇ ਸੀਗੇ ਗੁਣ ਵੀ ਮਲਾਈ ਜਾਂਦੇ ਸੀ ਕੁਛ ਐਹੋ ਜਿਹਾ ਸੀਗਾ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਗੋਤ ਜਿਹੜੇ ਆ ਉਹ ਮਲਾਈ ਜਾਂਦੇ ਸੀ ਫਿਰ ਜਿਹੜੇ ਹੁਣ ਤੁਹਾਡੇ ਪ੍ਰੋਫੈਸ਼ਨਲ ਮੈਚ ਬੇਕਿੰਗ ਨੇ ਉਹ ਕੀ ਚੀਜ਼ ਮਲਾਉਂਦੇ ਨੇ ਕੀ ਚੀਜ਼ ਵੇਖਦੇ ਨੇ ਅ ਬਿਲਕੁਲ ਭਾਜੀ ਇਹਦੇ ਵਿੱਚ ਜਦੋਂ ਆਪਾਂ ਇੱਕ ਸਹੀ ਰਿਸ਼ਤਾ ਦੇਖਣ ਤੋਂ ਪਹਿਲਾਂ ਚਾਹੇ ਅਸੀਂ ਮਲਾਈਏ ਚਾਹੇ ਪਰਿਵਾਰ ਮਲਾਉਣ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਕਿ ਜਿਹੜੇ ਕਿ ਆਪਸ ਦੇ ਵਿੱਚ ਮਲਾਉਣੇ ਪੈਂਦੇ ਨੇ ਇਹ ਕਹਿਣ ਤੋਂ ਪਹਿਲਾਂ ਕਿ ਇਹ ਸਾਡੇ ਲਈ ਰਿਸ਼ਤਾ ਸਹੀ ਹੈ ਜਾਂ ਨਹੀਂ ਜਿਵੇਂ ਆਪਣੇ ਉਦਾਹਰਣ ਵਜੋਂ ਤੁਸੀਂ ਲਾ ਲਓ ਜੇ ਆਪਾਂ ਲੜਕੇ ਵਾਸਤੇ ਰਿਸ਼ਤਾ ਦੇਖ ਰਹੇ ਆ ਆਪਣੇ ਪ੍ਰੇਫਰੈਂਸ ਹੁੰਦੀ ਹੈ ਕਿ ਬੋਤਨ 3-4 ਸਾਲ ਛੁੱਟੀ ਹੋਵੇ ਰਾਈਟ ਜੀ ਇਸੇ ਤਰੀਕੇ ਦੇ ਨਾਲ ਹੀ ਜੇ ਲੜਕੀ ਵਾਸਤੇ ਦੇਖ ਰਹੇ ਆ ਤੇ ਆਪਾਂ ਜਿਹੜੀ ਪ੍ਰੇਫਰੈਂਸ ਹੁੰਦੀ ਹੈ ਕਿ ਲੜਕਾ 2-3 ਸਾਲ ਵੱਡਾ ਹੋਵੇ ਸੋ ਬੜੇ ਫੈਕਟਰ ਹੁੰਦੇ ਨੇ ਜਿਵੇਂ ਏਜ ਹੋਗੀ ਜੀ ਹਾਈਟ ਹੋਗੀ ਮੈਰਿਟਲ ਸਟੇਟਸ ਕਿਉਂਕਿ ਕੋਈ ਆਪਣਾ ਸਾਡੇ ਕੋਲ ਰਜਿਸਟ੍ਰੇਸ਼ਨਸ ਆਉਂਦੀਆਂ ਨੇ ਜਿਹੜੇ ਕਿ ਨੈਵਰ ਮੈਰਿਡ ਨੇ ਸਾਡੇ ਕੋਲ ਡਿਵੋਰਸ ਰਿਸ਼ਤੇ ਵੀ ਬਹੁਤ ਆਉਂਦੇ ਨੇ ਕਈ ਵਰੀ ਡਿਵੋਰਸ ਹੁੰਦਾ ਉਹਨਾਂ ਦੇ ਪਿੱਛੋਂ ਪੁਰਾਣੇ ਵਿਆਹ ਤੋਂ ਬੱਚੇ ਵੀ ਹੁੰਦੇ ਨੇ ਸੋ ਉਹ ਵੀ ਸਾਡੇ ਕੋਲ ਰਿਸ਼ਤੇ ਆਉਂਦੇ ਨੇ ਉਸ ਤੋਂ ਇਲਾਵਾ ਐਜੂਕੇਸ਼ਨ ਏਮਪਲੋਇਮੈਂਟ ਇੱਕ ਬਹੁਤ ਵੱਡਾ ਫੈਕਟਰ ਹੈ ਠੀਕ ਹੈ ਜੀ ਜੇ ਮੈਂ ਇੱਥੋਂ ਦਾ ਜਮਿਆ ਪਲਿਆ ਐਜੂਕੇਟਿਡ ਇੱਥੋਂ ਦਾ ਨੇਚੁਰਲੀ ਮੇਰੀ ਪਾਰਟਨਰ ਪ੍ਰੀਫਰੈਂਸ ਇਸੇ ਹੋਏਗੀ ਕਿ ਮੇਰੇ ਵਾਸਤੇ ਜਿਹੜਾ ਰਿਸ਼ਤਾ ਦੇਖਿਆ ਜਾਵੇ ਉਹ ਵੀ ਲੋਕਲ ਹੋਵੇ ਜਾਂ ਇਤੋਂ ਦੀ ਲੜਕੀ ਜਿਹੜੀ ਐਜੂਕੇਟਿਡ ਹੋਵੇ ਰਾਈਟ ਤੇ ਇਸੇ ਤਰੀਕੇ ਦੇ ਨਾਲ ਹੀ ਲੁੱਕ ਸ ਇੱਕ ਬਹੁਤ ਵੱਡਾ ਫੈਕਟਰ ਹੈ ਜੀ ਕਿ ਜਦੋਂ ਅਸੀਂ ਕਲਾਇੰਟਸ ਨੂੰ ਵਰਬਲੀ ਕਈ ਵਾਰੀ ਪ੍ਰੋਫਾਈਲ ਪ੍ਰੈਜੈਂਟ ਕਰੀਦੀ ਆ ਕਿ ਹਾਂ ਜੀ ਇਹ ਆਪਣਾ ਨਿਊਯਾਰਕ ਤੋਂ ਰਿਸ਼ਤਾ ਜੀ ਤੁਹਾਡੇ ਦੀ ਜੱਟ ਸਿੱਖ ਪਰਿਵਾਰ ਦਾ ਸਭ ਤੋਂ ਪਹਿਲਾਂ ਕਲਾਇੰਟ ਦੀ ਇਹੀ ਰਿਕੁਆਇਰਮੈਂਟ ਨੇ ਕਿ ਤੁਸੀਂ ਸਾਨੂੰ ਪਿਕਚਰਸ ਭੇਜੋ ਹਾਂਜੀ ਕਿਉਂਕਿ ਪਿਕਚਰਸ ਤੋਂ ਬਿਨਾ ਕੋਈ ਵੀ ਡਿਸੀਜਨ ਨਹੀਂ ਲੈਂਦਾ ਸੋ ਲੁੱਕਸ ਬਹੁਤ ਇੰਪੋਰਟੈਂਟ ਨੇ ਇਸ ਤੋਂ ਇਲਾਵਾ ਰੈਜ਼ਿਡੈਂਸੀ ਸਟੇਟਸ ਆਪਣੇ ਕੋ ਰਿਸ਼ਤੇ ਹੈਗੇ ਨੇ ਕਿ ਜਿਹੜੇ ਇਹ ਇਥੋਂ ਦੇ ਜੰਮੇ ਪਲੇ ਨੇ ਸਿਟੀਜ਼ਨ ਨੇ ਐਂਡ ਜਾਂ ਆਪਣੇ ਕੋ ਬਹੁਤ ਰਿਸ਼ਤੇ ਆਪਣੇ ਗ੍ਰੀਨ ਕਾਰਡ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਨੇ ਜਿਹੜੇ ਕਿ ਇੰਡੀਆ ਦੇ ਬੌਰਨ ਐਂਡ ਰੇਸਡ ਨੇ ਉਹਨਾਂ ਦੀਆਂ ਪ੍ਰੀਫਰੈਂਸਸ ਅਲੱਗ-ਅਲੱਗ ਹੁੰਦੀਆਂ ਨੇ ਸੋ ਜਿੰਨੀਆਂ ਵੀ ਡਿਫਰੈਂਟ ਡਿਫਰੈਂਟ ਪ੍ਰੀਫਰੈਂਸਸ ਹੁੰਦੀਆਂ ਨੇ ਉਹ ਹਰ ਕਿਸੇ ਦੇ ਵਾਸਤੇ ਅਲੱਗ-ਅਲੱਗ ਇੱਕ ਰਿਸ਼ਤਾ ਬਣਾਏ ਅਲੱਗ-ਅਲੱਗ ਮੈਚ ਬਣਾਏ ਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੀ ਜਿਹੜੇ ਰਿਲੇਸ਼ਨਸ਼ਿਪ ਮੈਨੇਜਰਸ ਨੇ ਜਿਨ੍ਹਾਂ ਨੂੰ ਵਿਚੋਲੇ ਕਿਹਾ ਜਾਂਦਾ ਸੀ ਉਹ ਵੈਰੀ ਵੈਲ ਮਚੂਰ ਨੇ ਐਕਸਪੀਰੀਐਂਸਡ ਨੇ ਉਹਨਾਂ ਨੂੰ ਪਤਾ ਹੈ ਜੱਗੀ ਭਾਜੀ ਕਿ ਆਪਣੀ ਕਮਿਊਨਿਟੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਰਿਸ਼ਤੇ ਕਿਸ ਤਰ੍ਹਾਂ ਜੋੜੇ ਜਾਂਦੇ ਨੇ ਸੋ ਉਹ ਤੁਹਾਨੂੰ ਰਿਸ਼ਤਾ ਸਿਰਫ ਤੇ ਸਿਰਫ ਉਹ ਹੀ ਦਿਖਾਉਂਦੇ ਨੇ ਫਿਰ ਜਿਹੜਾ ਕਿ ਸਾਨੂੰ 99.9% ਸ਼ੋਰ ਹੁੰਦਾ ਕਿ ਇੱਥੇ ਗੱਲਬਾਤ ਬਣ ਸਕਦੀ ਹੈ ਜੀ ਸੋ ਫਿਰ ਉਹਦੇ 'ਚ ਟਾਈਮ ਖਰਾਬ ਬਿਲਕੁਲ ਵੀ ਨਹੀਂ ਹੁੰਦਾ ਤੇ ਇਧਰਲੇ ਕੋਈ ਵੀ ਬੱਚਾ ਇਧਰ ਅਗਰ ਜੰਮਿਆ ਪਲਿਆ ਤੇ ਉਹਦੇ ਦਿਮਾਗ ਦੇ ਵਿੱਚ ਪੇਰੈਂਟਸ ਦੇ ਵੀ ਟੈਨਸ਼ਨ ਚਿੰਤਾ ਹੁੰਦੀ ਹੈ ਵੀ ਜਿਹੜਾ ਰਿਸ਼ਤਾ ਕਿਤੇ ਹੋਣਾ ਉਹ ਸਹੀ ਹੋਵੇ। ਅਕਸਰ ਬਹੁਤ ਸਾਰੇ ਕੇਸ ਐਸੇ ਵੀ ਹੁੰਦੇ ਨੇ ਪੰਜਾਬ ਤੋਂ ਰਿਸ਼ਤਾ ਕਰ ਲੈਂਦੇ ਨੇ ਜਾਂ ਮੁੰਡਾ ਜਾਂ ਕੁੜੀ ਆ ਇਧਰ ਆ ਕੇ ਜਿਆਦਾ ਦੇਰ ਨਹੀਂ ਟਿਕਦੇ। ਤਲਾਕ ਹੋ ਜਾਂਦੇ ਨੇ। ਤੇ ਉਹਨਾਂ ਚੀਜ਼ਾਂ ਦਾ ਕੀ ਹੱਲ ਹੈ ਤੁਹਾਡੀ ਕੰਪਨੀ ਕੋਲੇ ਉਹਨਾਂ ਚੀਜ਼ਾਂ ਵਾਸਤੇ ਕੀ ਕਰਦੇ ਹੋ ਤੁਸੀਂ? ਇਹ ਸਭ ਤੋਂ ਕਿਉਂਕਿ ਸੈਂਸਿਟਿਵ ਹੈ ਰਿਸ਼ਤਾ। ਸਭ ਤੋਂ ਕਲੋਜ਼ ਰਿਲੇਸ਼ਨ ਹੈ ਪਤੀ-ਪਤਨੀ ਦਾ। ਤੇ ਦੋਨੇ ਜਿਵੇਂ ਬਹੁਤ ਵੱਡੀਆਂ ਵੱਡੀਆਂ ਗੱਪਾਂ ਗੱਲਾਂ ਕਰਦੇ ਵੀ ਇੱਕ ਗੱਡੀ ਦੇ ਦੋ ਪਹੀਏ ਕਹਿ ਲੋ ਜਾਂ ਕੁਝ ਵੀ ਇਹਨੂੰ ਅਸੀਂ ਨਾਮ ਦੇ ਦਈਏ ਤੇ ਇਹ ਇਹ ਗਾਂ ਨਿਭਣ ਵਾਸਤੇ ਵੀ ਕੋਈ ਹੈਗਾ ਹਲ ਤੁਹਾਡੇ ਕੋਲੇ ਵੀ ਨਿਭਦੀ ਵੀ ਆਇਆ ਤੁਸੀਂ ਤੱਕ ਰੋਣਾ ਤੁਸੀਂ ਮੋਸਟਲੀ ਅ ਬਿਲਕੁਲ ਜੀ ਦੇਖੋ ਜਿੰਨੇ ਵੀ ਅੱਜ ਤੱਕ ਰਿਸ਼ਤੇ ਕਰਵਾਏ ਪਰਮਾਤਮਾ ਦੀ ਮਿਹਰ ਹੀ ਤੁਸੀਂ ਸਮਝੋ ਅਸੀਂ ਅਸੀਂ ਇਹ ਨਹੀਂ ਕਵਾਂਗੇ ਕਿ ਸਾਡੇ ਕਰਕੇ ਹੈ ਕਿਉਂਕਿ ਜਦੋਂ ਰਿਸ਼ਤਿਆਂ ਦੇ ਵਿੱਚ ਕੱਲ ਨੂੰ ਕੋਈ ਡਿਫਰੈਂਸਸ ਹੁੰਦੇ ਨੇ ਤਾਂ ਬਹੁਤ ਸਾਰੇ ਕਾਰਨ ਹੁੰਦੇ ਨੇ ਉਹਦੇ ਠੀਕ ਹੈ ਜੀ ਕਦੀ ਕਦੀ ਵੀ ਇੱਕ ਕਾਰਨ ਨਹੀਂ ਹੁੰਦਾ ਜੀ ਲੇਕਿਨ ਅਸੀਂ ਆਪਣੇ ਵੱਲੋਂ ਕੀ ਕਰੀਦਾ ਜਦੋਂ ਅਸੀਂ ਰਿਸ਼ਤਾ ਭੇਜੀਦਾ ਨੰਬਰ 1 ਇਹ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਆਨਲਾਈਨ ਤੁਸੀਂ ਰਜਿਸਟਰ ਕਰ ਰਹੇ ਹੋ ਤੇ ਤੁਹਾਨੂੰ ਪਤਾ ਨਹੀਂ ਅਗਲਾ ਬੰਦਾ ਕੌਣ ਆ ਜਾਂ ਕੌਣ ਨਹੀਂ ਹੈਗਾ ਰਾਈਟ ਜਾਂ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਪ੍ਰੋਫਾਈਲਾਂ ਉਹ ਸਰਚ ਕਰ ਰਹੇ ਹੋ ਤੁਹਾਨੂੰ ਕੋਈ ਵੀ ਨਹੀਂ ਪਤਾ ਕਿਉਂਕਿ ਆਨਲਾਈਨ ਜਿਹੜਾ ਆਪਣੇ ਮਨ ਨੂੰ ਬਹੁਤ ਵੈਬਸਾਈਟਸ ਹੋਰ ਵੀ ਹੈਗੀਆਂ ਨੇ ਜਿੱਥੇ ਕਿ ਤੁਹਾਨੂੰ ਸਿਰਫ ਤੇ ਸਿਰਫ ਇੱਕ ਈਮੇਲ ਐਡਰੈਸ ਚਾਹੀਦਾ ਹੁੰਦਾ ਕੋਈ ਵੀ ਪ੍ਰੋਫਾਈਲ ਬਣਾ ਸਕਦਾ ਹਾਂਜੀ ਸੋ ਉੱਥੇ ਬਹੁਤ ਫੇਕ ਪ੍ਰੋਫਾਈਲਾਂ ਵੀ ਹੁੰਦੀਆਂ ਨੇ ਇਨਐਕਟਿਵ ਪ੍ਰੋਫਾਈਲਸ ਵੀ ਹੁੰਦੀਆਂ ਨੇ ਸੋ ਲੇਕਿਨ ਸਾਡੇ ਕੀ ਹੁੰਦਾ ਕਿ ਜਦੋਂ ਅਗਰ ਮੰਨ ਲਓ ਕੋਈ ਕਲਾਇੰਟ ਪ੍ਰੋਫਾਈਲ ਬਣਾਉਂਦਾ ਵੀ ਹੈ ਵਿਦਨ ਉਹਨੂੰ ਫਿਊ ਆਵਰਸ ਦੇ ਵਿੱਚ ਸਾਡੇ ਆਫਿਸ ਵੱਲੋਂ ਕਾਲ ਜਾਏਗੀ ਉਹਨਾਂ ਦੇ ਬਾਰੇ ਪੂਰਾ ਪੁੱਛਿਆ ਜਾਏਗਾ ਫਿਜ਼ਿਕਲੀ ਤੁਹਾਡੀ ਇੱਕ ਇਨਸਾਨ ਦੇ ਨਾਲ ਗੱਲਬਾਤ ਹੋਏਗੀ ਤੁਹਾਡੇ ਬਾਰੇ ਬੈਕਗ੍ਰਾਉਂਡ ਤੁਹਾਡਾ ਪੁੱਛਿਆ ਜਾਏਗਾ ਤੁਹਾਡੀਆਂ ਪ੍ਰੈਫਰੈਂਸਿਸ ਪੁੱਛੀਆਂ ਜਾਣਗੀਆਂ ਉਸ ਤੋਂ ਬਾਅਦ ਤੁਹਾਨੂੰ ਅਗਰ ਸਾਨੂੰ ਲੱਗਾ ਕਿ ਹਾਂ ਇਹ ਰਿਸ਼ਤਾ ਜਾਂ ਇਹ ਪ੍ਰੋਫਾਈਲ ਅੱਛੀ ਹੈ ਅਸੀਂ ਫਿਰ ਉਹਨੂੰ ਸਿਸਟਮ ਦੇ ਵਿੱਚ ਇਨਰੋਲ ਕਰਦੇ ਹਾਂ ਕਿ ਇਹਨਾਂ ਦੀ ਕੋਈ ਬੈਡ ਇੰਟੈਂਸ਼ਨਸ ਨਹੀਂ ਹੈਗੀਆਂ ਕਈ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਅਸੀਂ ਕੁਝ ਪ੍ਰੋਫਾਈਲਾਂ ਨੂੰ ਰਿਜੈਕਟ ਹੀ ਕਰਤਾ ਕਿ ਅਸੀਂ ਉਹਨਾਂ ਨੂੰ ਸਿਸਟਮ ਦੇ ਵਿੱਚ ਲੈ ਕੇ ਨਹੀਂ ਆਂਦਾ ਰਾਈਟ ਇਹ ਨਹੀਂ ਹੈ ਕਿ ਤੁਸੀਂ ਅੱਜ ਨੂੰ ਜੁਆਇਨ ਕਰੋਗੇ ਸਾਰੇ ਇਨਰੋਲ ਹੁੰਦੇ ਆ ਅਸੀਂ ਪੂਰੀ ਆਪਣੀ ਆਪਣੇ ਬੈਕਗ੍ਰਾਉਂਡ ਚੈੱਕ ਵੀ ਕਰੀਦਾ ਠੀਕ ਹੈ ਜੀ ਉਸ ਤੋਂ ਇਲਾਵਾ ਅਸੀਂ ਜਦੋਂ ਆਪਸ ਦੇ ਵਿੱਚ ਲੜਕਾ ਲੜਕੀ ਮਿਲਦੇ ਨੇ ਮੀਟਿੰਗਸ ਕਰਦੇ ਨੇ ਸਾਨੂੰ ਆ ਕੇ ਪੂਰੀ ਫੀਡਬੈਕ ਦਿੰਦੇ ਨੇ ਕਿ ਹਾਂਜੀ ਸਾਡਾ ਐਕਸਪੀਰੀਅੰਸ ਇਸ ਤਰ੍ਹਾਂ ਦਾ ਰਿਹਾ ਕਿ ਕਈ ਵਾਰੀ ਇਸ ਤਰ੍ਹਾਂ ਦਾ ਕਿ ਸਾਨੂੰ ਲੱਗੇਗਾ ਕਿ ਹਾਂਜੀ ਇੱਥੇ ਗੱਲਬਾਤ ਵਧੀਆ ਬਣੇਗੀ ਤੇ ਲੇਕਿਨ ਲੜਕਾ ਲੜਕੀ ਨੂੰ ਆਪਸ ਦੇ ਵਿੱਚ ਪਸੰਦ ਨਹੀਂ ਆਉਂਦਾ ਰਾਈਟ ਵੈਰੀ ਕਾਮਨ ਪਰ ਲੇਕਿਨ ਕਈ ਵਾਰੀ ਇਸ ਤਰ੍ਹਾਂ ਹਾਂਜੀ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਸਾਨੂੰ ਲੱਗੇਗਾ ਕਿ ਪਤਾ ਨਹੀਂ ਯਾਰ ਇੱਥੇ ਗੱਲਬਾਤ ਬਣਨੀ ਹੈ ਕਿ ਨਹੀਂ ਤੇ ਰਿਜ਼ਲਟ ਆਪੋਜ਼ਿਟ ਹੋਏਗਾ ਕਿ ਉੱਥੇ ਗੱਲਬਾਤ ਵਰੀਆ ਤਰੀਕੇ ਨਾਲ ਬਣ ਵੀ ਜਾਏਗੀ ਸੋ ਇੱਥੇ ਮੇਰੇ ਕਹਿਣ ਦਾ ਇਹ ਮਤਲਬ ਆ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ 2 ਤੋਂ 4 ਮਹੀਨੇ ਦੇ ਵਿੱਚ 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 ਤੁਹਾਡੀ ਗੱਲਬਾਤ ਬਣ ਜੇ ਤੇ ਮੋਸਟ ਆਫ ਦਾ ਟਾਈਮ ਗੱਲਬਾਤ ਬਣ ਵੀ ਜਾਂਦੀ ਹੈ ਤੇ ਬਾਕੀ ਅਗਰ ਮੰਨ ਲਓ ਜੇ 5 ਮਹੀਨਿਆਂ ਦੇ ਵਿੱਚ ਗੱਲਬਾਤ ਨਾ ਵੀ ਬਣੇ ਰਾਈਟ ਕਿਉਂਕਿ ਕਈ ਵਾਰੀ ਕੇਸਸ ਹੁੰਦੇ ਨੇ ਜਿਵੇਂ ਕਿਸੇ ਦੇ ਡਿਵੋਰਸ ਦਾ ਉਹਨਾਂ ਦੇ ਪਿੱਛੇ ਬੱਚੇ ਨੇ ਨੈਚੁਰਲੀ ਜਾਂ ਕਿਸੇ ਦੀ ਏਜ ਬਹੁਤ ਜ਼ਿਆਦਾ ਆ 45 ਆ 50 ਜਾਂ 60 ਆ ਰਾਈਟ ਉਹਨਾਂ ਕੇਸਿਸ ਦੇ ਵਿੱਚ ਥੋੜੇ ਰਿਸ਼ਤੇ ਕੇਵਰੀ ਘੱਟ ਹੁੰਦੇ ਨੇ ਜੀ ਰਾਈਟ ਤੇ ਉਹਨਾਂ ਦੇ ਵਿੱਚ ਥੋੜੀ ਪ੍ਰੈਫਰੈਂਸਿਸ ਵੀ ਅਲੱਗ-ਅਲੱਗ ਹੁੰਦੀਆਂ ਨੇ ਹਰ ਕਿਸੇ ਦੀ ਕੇਵਰੀ ਟਾਈਮ ਵੀ ਲੱਗ ਸਕਦਾ ਸੋ ਮੰਨ ਲਓ ਅਗਰ ਤੁਹਾਨੂੰ ਰਜਿਸਟਰ ਰਜਿਸਟਰ ਕੀਤਾ 5 ਮਹੀਨੇ ਤੋਂ ਜ਼ਿਆਦਾ ਲੱਗੇ ਨੇ ਤੁਹਾਨੂੰ ਫ੍ਰੀ ਆਫ ਕਾਸਟ ਅਸੀਂ ਸਾਡੀ ਕੰਪਨੀ ਟਾਈਮ ਦਿੰਦੀ ਹੈ ਕਿ ਤੁਸੀਂ ਸਾਡੇ ਸਿਸਟਮ ਦੇ ਵਿੱਚ ਰਹੋ ਤਾਂ ਅਸੀਂ ਤੁਹਾਨੂੰ ਰੈਗੂਲਰਲੀ ਰਿਸ਼ਤੇ ਹੋਰ ਵੀ ਦਿਖਾਉਂਦੇ ਰਵਾਂਗੇ ਕਿਉਂਕਿ ਸਾਡੇ ਕੋਲ ਜੱਗੀ ਪਾਜੀ ਐਵਰੀ ਡੇ ਦੇ ਹਿਸਾਬ ਦੇ ਨਾਲ ਹਜ਼ਾਰਾਂ ਹੀ ਰਜਿਸਟ੍ਰੇਸ਼ਨ ਹੁੰਦੀਆਂ ਅੱਛਾ ਜੀ ਹਾਂ ਜੀ ਸੋ ਕਿਸ ਕਿਸ ਏਜ ਗਰੁੱਪ ਦੀਆਂ ਹੈਗੀਆਂ ਜੀ ਤੁਹਾਡੇ ਕੋਲ ਰਜਿਸਟ੍ਰੇਸ਼ਨ ਜੇ ਕਿਸੇ ਦਰਸ਼ਕ ਨੇ ਸਾਡੇ ਨੇ ਕਰਨਾ ਹੋਵੇ ਤੁਹਾਨੂੰ ਸੰਪਰਕ ਅ ਬਿਲਕੁਲ ਪਾਜੀ ਸਾਡੇ ਕੋਲ 22 ਸਾਲਾਂ ਤੋਂ ਲੈ ਕੇ ਤੇ ਆਪਣੇ ਇਵਨ 68 ਸਾਲ ਤੱਕ ਵੀ ਸਾਰੇ ਰਿਸ਼ਤੇ ਕਰਵਾਏ ਨੇ ਸੋ ਇਹਦੇ ਵਿੱਚ ਏਜ ਬਲੀ ਹੈ ਜੀ ਉੱਪਰਲੀ ਹੈ ਜੀ ਮੈਂ ਜਾਣਨੀ ਚਾਹੁੰਦਾ ਸੀ ਨਾ ਸਾਡੀ ਤਾਂ ਪਤਾ ਹੀ ਹੈ ਕਿ ਕਿਦੋਂ ਉੱਪਰ ਹੋਏਗੀ ਮਤਲਬ 68th ਯੀਅਰ ਤੱਕ ਵੀ ਲੋਕ ਜੀਵਨ ਸਾਥੀ ਪਾਲਦੇ ਨੇ ਬਿਲਕੁਲ ਹੈ ਸਾਡੇ ਕੋ ਅਸੀਂ ਮੈਂ ਇੱਥੇ ਲੋਕਲ ਆਪਣੇ ਕੈਨੇਡਾ ਬ੍ਰੈਮਟਨ ਦੀ ਜੇ ਮੈਂ ਗੱਲ ਕਰਾਂ ਤੇ ਅਸੀਂ ਇੱਥੇ ਮੇਰੇ ਲੱਗ ਗਈ ਮੇਰੇ ਇੱਕ ਅੰਕਲ ਰਹਿੰਦੇ ਸੀ 70 ਸਾਲ ਦੀ ਉਹਨਾਂ ਦੀ ਏਜ ਸੀ ਠੀਕ ਹੈ ਜੀ ਤੇ ਉਹ ਇੱਕ ਦਿਨ ਉਹਨਾਂ ਨੂੰ ਪਤਾ ਲੱਗਾ ਇਸਰ ਉਹਨਾਂ ਨੇ ਟੀਵੀ ਤੇ ਸੁਣਿਆ ਕਿਉਂਕਿ ਆਪਾਂ ਨੂੰ ਕਈ ਵਰੀ ਨਾਲ ਨਾਲ ਦੀ ਗਲੀ ਦੇ ਵਿੱਚ ਵੀ ਪਤਾ ਨਹੀਂ ਹੁੰਦਾ ਕਿ ਕੌਣ ਰਹਿੰਦਾ ਕੌਣ ਨਹੀਂ ਰਹਿੰਦਾ ਰਾਈਟ ਆਪਾਂ ਨੇ ਇੱਥੇ ਇਨੇ ਬਿਜ਼ੀ ਲਾਈਫ ਸਟਾਈਲ ਨੇ ਸੋ ਉਹਨਾਂ ਨੂੰ ਕਿੱਥੇ ਪਤਾ ਲੱਗਾ ਇਸੇ ਟੀਵੀ ਤੇ ਐਡ ਦੇਖ ਕੇ ਉਹਨਾਂ ਨੇ ਤੇ ਉਹ ਮੇਰੇ ਕੋ ਆਏ ਕਰੇ ਕਹਿੰਦੇ ਵੀ ਕਰਨ ਤੇਰੀ ਟੀਵੀ ਦੇ ਇੰਟਰਵਿਊ ਦੇਖੀ ਸੀ ਤੂੰ ਰਿਸ਼ਤੇ ਕਰਵਾਉਣਾ ਹਨਾ ਮੈਂ ਕਿਹਾ ਹਾਂ ਜੀ ਅੰਕਲ ਬੈਠੋ ਤੁਸੀਂ ਤੇ ਉਹ ਉਹਨਾਂ ਨੇ ਆਪਣੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਡੈਥ ਹੋਈ ਸੀ ਠੀਕ ਹੈ ਜੀ ਤੇ ਬੇਟੇ ਉਹਨਾਂ ਦੇ ਬੇਟਾ ਬੇਟੀਆਂ ਜਿਹੜੇ ਵੀ ਸੀ ਉਹ ਆਪਣੇ ਆਪਣੇ ਤੁਹਾਨੂੰ ਪਤਾ ਬੱਚੇ ਕਰੋ ਘਰੀ ਚੱਲ ਜਾਂਦੇ ਨੇ ਸੈਟਲ ਹੋ ਜਾਂਦੇ ਨੇ ਤੇ ਉਹ ਇਕੱਲੇ ਰਹਿ ਰਹੇ ਸੀ ਕਹਿੰਦੇ ਕਿ ਮੈਨੂੰ ਅੱਜ ਦੀ ਡੇਟ 'ਚ ਮੇਰੇ ਕੋਈ ਘਰੇ ਆਵਾ ਕੋਈ ਗੱਲਬਾਤ ਕਰਨ ਨੂੰ ਨਹੀਂ ਹੈਗਾ ਸੁੱਖ-ਦੁੱਖ ਸਾਂਝੇ ਕਰਨ ਨੂੰ ਕੋਈ ਨਹੀਂ ਹੈਗਾ ਤੇ ਕਹਿੰਦੇ ਮੇਰੀ ਕੋਈ ਉਦਾਂ ਉਹ ਕੋਈ ਨੀਡਸ ਨਹੀਂ ਹੈਗੀਆਂ ਲੇਕਿਨ ਮੈਂ ਚਾਹਣਾ ਕਿ ਸੋਸ਼ੀਅਲੀ ਸਾਈਕੋਲੋਜੀਕਲੀ ਮੈਨੂੰ ਇੱਕ ਇੱਕ 파ਟਨਰ ਹੋਵੇ ਜੀਵਨ ਸਾਥੀ ਮਿਲੇ ਜਿਸ ਨਾਲ ਮੈਂ ਗੱਲਬਾਤ ਕਰ ਸਕਾਂ ਸੋ ਉਹਨਾਂ ਦੇ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਥੋੜਾ ਟਾਈਮ ਜਰੂਰ ਲੱਗ ਗਿਆ 7ਵੇਂ ਮਹੀਨੇ ਉਹਨਾਂ ਲਈ ਇੱਕ ਬਹੁਤ ਵਧੀਆ ਇੱਕ ਰਿਸ਼ਤਾ ਮਿਲਿਆ ਅੱਜ ਦੀ ਰੇਡ 'ਚ ਉਹਨਾਂ ਨੇ ਇੰਨੀਆਂ ਅਸੀਸਾਂ ਦਿੱਤੀਆਂ ਕਿ ਮਤਲਬ ਇੱਕ ਬਹੁਤ ਵਧੀਆ ਫੀਲ ਹੋਇਆ ਕਿ ਤੁਸੀਂ ਮਤਲਬ ਇੱਕ ਕਿਸੇ ਦੀ ਜ਼ਿੰਦਗੀ ਵਾਸਤੇ ਤੁਸੀਂ ਇੱਕ ਐਡਾ ਵੱਡਾ ਅ ਮਤਲਬ ਕਾਰਜ ਕੀਤਾ ਸੋ ਕਹਿੰਦਾ ਮਤਲਬ ਹੈ ਕਿ ਸਾਡੇ ਕੋਲ 22 ਸਾਲਾਂ ਤੋਂ ਲੈ ਕੇ 70 ਸਾਲ ਤੱਕ ਵੀ ਰਜਿਸਟ੍ਰੇਸ਼ਨ ਹੁੰਦੀਆਂ ਨੇ ਸੋ ਸੋ ਨਾਰਮਲੀ ਮਤਲਬ ਹਰ ਤਰ੍ਹਾਂ ਦੇ ਸਾਡੇ ਕੋ ਰਿਸ਼ਤੇ ਹੁੰਦੇ ਨੇ ਰਿਗਾਰਡਲੈਸ ਆਫ ਏਜ ਉਹਨਾਂ ਦੀ ਕਾਸਟ ਕੀ ਆ ਸਾਰੀਆਂ ਕਾਸਟਾਂ ਦਾ ਰਿਸ਼ਤੇ ਆਉਂਦੇ ਨੇ ਸਾਡੇ ਕੋ ਇਥੋਂ ਦੇ ਬੱਚੇ ਜਿਹੜੇ ਬੋਰਨ ਰੇਜ਼ਡ ਨੇ ਉਹ بڑے ਹੁੰਦੇ ਨੇ ਜਾਂ ਜਿਹੜੇ ਇੰਡੀਆ ਤੋਂ ਸਾਡੇ ਨੂੰ ਬਹੁਤ ਰਿਸ਼ਤੇ ਹੁੰਦੇ ਨੇ ਮੰਨ ਲਓ ਕਿਉਂਕਿ ਆਪਣੀਆਂ ਜੱਗੀ ਪਾਰੀ ਹਰ ਕਿਸੇ ਦੀਆਂ ਰੂਟਸ ਇੰਡੀਆ ਦੇ ਵਿੱਚ ਨੇ ਰਾਈਟ ਤੇ ਕਿਸੇ ਦੇ ਹਾਂਜੀ ਤੇ ਆਪਣੇ ਰਿਸ਼ਤੇਦਾਰ ਭੈਣ ਭਰਾ ਉਹਨਾਂ ਦੇ ਬੱਚੇ ਵੱਡੇ ਹੁੰਦੇ ਨੇ ਉਹ ਵੀ ਇੰਡੀਆ ਦੇ ਵਿੱਚ ਤੇ ਹਰ ਕੋਈ ਚਾਹਵਾਨ ਆ ਕਿ ਅਸੀਂ ਕੈਨੇਡਾ ਯੂ ਐਸ ਯੂ ਕੇ ਆਸਟ੍ਰੇਲੀਆ ਦੇ ਵਿੱਚ ਆਈਏ ਸੋ ਨੇਚਰਲੀ ਸਾਡੇ ਮੁਹਾਲੀ ਦੇ ਆਫਿਸ ਵੀ ਬਹੁਤ ਰਜਿਸਟ੍ਰੇਸ਼ਨਸ ਹੁੰਦੀਆਂ ਨੇ ਹਾਂਜੀ ਜੀ ਅਸੀਂ ਤੁਹਾਡੇ ਆਫਿਸਾਂ ਦੀ ਵੀ ਗੱਲ ਕਰਾਂਗੇ ਹੋਰ ਦੋ ਤਿੰਨ ਬਹੁਤ ਅਹਿਮ ਸਵਾਲ ਹੈਗੇ ਨੇ ਸਾਡੇ ਜ਼ਿਹਨ ਦੇ ਵਿੱਚ ਸਾਡੇ ਸਾਰਿਆਂ ਦੇ ਜਿੰਨੇ ਦੇਖਣ ਵਾਲੇ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਮੈਂ ਬੇਨਤੀ ਕਰਦਾ ਦਰਸ਼ਕਾਂ ਨੂੰ ਕਾਲ ਕਰ ਸਕਦੇ ਨੇ ਛੋਟੀ ਜੀ ਕਾਲ ਅਗਰ ਕਰਨੀ ਹੋਣ ਸਵਾਲ ਕਰਨਾ ਪਰ ਹੁਣ ਸਮਾਂ ਥੋੜਾ ਤੇ ਉਹ ਗੱਲ ਦਾ ਮਜ਼ਾ ਨਹੀਂ ਆਉਣਾ ਤੁਸੀਂ ਇਹਨਾਂ ਦਾ ਨੰਬਰ ਸਕਰੀਨ ਤੇ ਆ ਰਿਹਾ ਤੇ ਜਦੋਂ ਮਰਜ਼ੀ ਕਰਕੇ ਨੰਬਰ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਕੋ ਵੀ ਇਹਨਾਂ ਦਾ ਨੰਬਰ ਲੈ ਸਕਦੇ ਹੋ ਕਰਨ ਜੀ ਥੋੜੀ ਦੇਰ ਵਾਸਤੇ ਆਪ ਨੂੰ ਬ੍ਰੇਕ ਲੈਣੀ ਪੈਗੀ ਤੁਸੀਂ اسی ਤਰ੍ਹਾਂ ਨਾਲ ਬਣੇ ਰਹੋ ਤੇ ਆਪਾਂ ਹੋਰ ਗੱਲਾਂ ਕਰਾਂਗੇ ਸਾਡੇ ਦਰਸ਼ਕ ਵੀ ਇਸ ਤਰ੍ਹਾਂ ਜੁੜ ਰਹੇ ਹਨ ਕਰਨ ਸਿੰਘ ਜੀ ਰਿਸ਼ਤਾ deepu.com ਤੋਂ ਰਿਸ਼ਤੇ ਹਰ ਤਰ੍ਹਾਂ ਦੇ ਰਿਸ਼ਤੇ ਇਹਨਾਂ ਕੋਲ ਹੈਗੇ ਮੁੰਡਿਆਂ ਦੇ ਕੁੜੀਆਂ ਦੇ ਤੇ ਜੇ ਕੋਈ ਮਤਲਬ یوں ਕਹਿਣ ਦਾ ਵੀ ਵੱਡੀ ਉਮਰ ਦਾ ਹੈਗਾ ਤੇ ਉਹਨਾਂ ਨੂੰ ਵੀ ਇਹ ਰਿਸ਼ਤੇ ਆ ਦੇ ਲੱਭ ਕੇ ਦਿੰਦੇ ਨੇ ਇੱਕ ਵਿਸ਼ਵਾਸ ਪਾਤਰ ਬੰਦੇ ਅਸੀਂ ਕਹਿ ਸਕਦੇ ਹਾਂ ਕਿਤੇ ਵੀ ਵਿਚੋਲਾ ਚੰਗਾ ਹੋਵੇ ਤਾਂ ਵਿਆਹ ਵੀ ਵਧੀਆ ਹੁੰਦਾ ਤੇ ਬਾਅਦ ਵਿੱਚ ਨਿਵਦੀ ਵਧੀਆ ਇੱਕ ਬ੍ਰੇਕ ਲੈ ਲੈਂਿਆ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਾਂਗੇ ਕਰਨ ਸਿੰਘ ਜੀ ਨਾਲ ਦੇਖਦੇ ਰਹੋ ਜੱਸ ਪੰਜਾਬੀ ਇੱਕ ਵਾਰ ਫਿਰ ਜੁੜਦੇ ਆ ਜੀ ਕਰਨ ਸਿੰਘ ਜੀ ਦੇ ਨਾਲ ਤੇ ਜਾਣਦੇ ਆ ਰਿਸ਼ਤਿਆਂ ਦੀ ਗੱਲ ਹੋ ਰਹੀ ਆ ਰਿਸ਼ਤੇ ਹਰ ਇੱਕ ਦੀ ਜ਼ਰੂਰਤ ਹੈ ਅੱਜ ਕੱਲ ਬੱਚੇ ਜਦੋਂ ਜਦੋਂ ਵੱਡੇ ਹੁੰਦੇ ਆ ਮਾਪਿਆਂ ਦੀ ਟੈਨਸ਼ਨ ਵੱਧ ਜਾਂਦੀ ਆ ਵੈਸੇ ਤਾਂ ਇੱਥੇ ਕੋਈ ਸ਼ੱਕ ਨਹੀਂ ਅੱਜ ਕੱਲ ਨਿਆਣੇ ਆਪ ਹੀ ਕਈ ਵਾਰੀ ਲੱਭ ਲੈਂਦੇ ਨੇ ਪਰ ਫਿਰ ਵੀ ਜ਼ਰੂਰਤ ਪੈਂਦੀ ਹੈ ਸਾਨੂੰ ਬਹੁਤ ਵਾਰੀ ਕਿ ਰਿਸ਼ਤਾ ਸਾਨੂੰ ਵਧੀਆ ਮਿਲੇ ਉਹਦੇ ਵਾਸਤੇ ਰਿਸ਼ਤਾਜੀਪੂ.com ਤੋਂ ਕਰਨ ਸਿੰਘ ਜੀ ਕਰਨ ਬਾਜੀ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਤੇ ਅੱਛਾ ਬਹੁਤ ਅਹਿਮ ਸਵਾਲ ਇਹ ਹੈ ਕਿ ਤੁਸੀਂ ਦੁਨੀਆ ਦੇ ਕਿਸ ਕਿਸ ਕੋਨੇ ਤੱਕ ਰਿਸ਼ਤੇ ਕਰਵਾਉਂਦੇ ਹੋ ਤੇ ਤੁਹਾਨੇ ਨਾਲ ਜੇ ਕਿਸੇ ਨੇ ਰਜਿਸਟ੍ਰੇਸ਼ਨ ਕਰਨੀ ਆ ਉਹਦਾ ਕੀ ਪ੍ਰੋਸੀਜਰ ਹੈ ਅ ਬਿਲਕੁਲ ਭਾਜੀ ਅੱਜ ਦੀ ਡੇਟ ਵਿੱਚ ਰਿਸ਼ਤਾ ਡੀਪੋਂ ਦੇ ਲਾਈਕ ਆਈ ਸੈੱਟ ਬਿਫੋਰ ਕਿ ਆਪਣੇ 4 ਕੰਟਰੀਜ਼ ਵਿੱਚ ਆਫਿਸ ਨੇ ਕੈਨੇਡਾ ਇਥੇ ਲੋਕਲ ਟੋਰਾਂਟੋ ਦੇ ਵਿੱਚ ਯੂ ਐਸ ਸੈਂਟਾ ਮੋਨਿਕਾ ਦੇ ਵਿੱਚ ਬਾਕੀ ਯੂ ਕੇ ਕਾਰਡੀਫ ਦੇ ਵਿੱਚ ਐਂਡ ਆਪਣੇ ਇੰਡੀਆ ਦੇ ਵਿੱਚ ਮੋਹਾਲੀ ਦੇ ਵਿੱਚ ਠੀਕ ਹੈ ਜੀ ਸੋ ਰਿਸ਼ਤੇ ਜਿਹੜੇ ਆ ਸਾਨੂੰ 올 ਓਵਰ ਵਰਲਡ ਹੀ ਆਉਂਦੇ ਨੇ ਬਿਕਾਜ਼ ਆਪਣੇ ਕੋ ਜਿਹੜੇ ਬਹੁਤ ਜਗ੍ਹਾ ਆਪਣੀ ਹਰ ਇੱਕ ਮੀਡੀਆ ਆਊਟਲੈਟ ਤੇ ਸਾਡੀ ਆਊਟਰੀਚ ਹੈਗੀ ਹੈ ਤੇ ਵੱਡੇ ਪੱਧਰ ਤੇ ਅਸੀਂ ਮਾਰਕੀਟਿੰਗ ਵੀ ਕਰ ਰਹੇ ਆਂ ਤੇ ਵੱਡੇ ਪੱਧਰ ਤੇ ਆਪਾਂ ਰਿਸ਼ਤੇ ਵੀ ਕਰਵਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਤੇ ਜਿਹੜੇ ਸਾਡੇ ਰਿਲੇਸ਼ਨਸ਼ਿਪ ਮੈਨੇਜਰ ਨੇ ਉਹ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਚੰਗੇ ਚੰਗੇ ਰਿਸ਼ਤੇ ਦਿਖਾ ਸਕਦੇ ਨੇ ਅਕੋਰਡਿੰਗ ਟੂ ਯਰ ਪ੍ਰੀਫਰੈਂਸਸ ਸੋ ਹੇਠ ਲਿਖਲੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਚਾਹੇ ਤੁਸੀਂ ਕੈਨੇਡਾ ਤੋਂ ਸਾਨੂੰ ਸੁਣ ਰਹੇ ਹੋ ਜਾਂ ਤੁਸੀਂ ਯੂਐਸ ਤੋਂ ਸੁਣ ਰਹੇ ਹੋ ਜਾਂ ਤੁਸੀਂ ਡਾਇਰੈਕਟਲੀ rishtadepo.com ਜਾ ਕੇ ਸਾਈਨ ਅਪ ਕਰ ਸਕਦੇ ਹੋ ਤੇ ਵਿਦਨ ਫਿਊ ਆਵਰਸ ਦੇ ਵਿੱਚ ਵਿੱਚ ਤੁਹਾਨੂੰ ਕਾਲ ਆਏਗੀ ਸਾਡੀ ਟੀਮ ਦੇ ਵੱਲੋਂ ਤੇ ਤੁਹਾਡੇ ਨਾਲ ਅੱਗੇ ਗੱਲਬਾਤ ਕੀਤੀ ਜਾਏਗੀ ਸੋ rishtadepo.com.com ਤੇ ਮੈਂ ਤਾਂ ਪੁੱਛਿਆ ਸੀ ਕਿਉਂਕਿ ਪ੍ਰੋਗਰਾਮ ਆਪਣਾ ਜਿਹੜਾ ਤੁਸੀਂ ਸਾਡੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਤਾਂ ਆਫੀਸ਼ੀਅਲੀ ਚੱਲਦਾ ਹੈ ਕੇਬਲ ਦੇ ਉੱਪਰ ਉੱਥੇ ਚੱਲਦਾ ਹੈ ਤੇ ਅਦਰਵਾਈਜ਼ ਜਿਹੜੇ ਇਲੀਗਲ ਤਾਂ ਸਾਰੇ ਵਰਡ ਦੇ ਵਿੱਚ ਹੀ ਚੱਲਦਾ ਯੂਰਪ ਤੋਂ ਵੀ ਸਾਨੂੰ ਕਾਲਾਂ ਬਹੁਤ ਆਉਂਦੀਆਂ ਨੇ ਤੇ ਇਸ ਕਰਕੇ ਮੈਂ ਪੁੱਛਿਆ ਸੀ ਸੋ ਸੰਪਰਕ ਤਾਂ ਕਿਤੇ ਉਹ ਵੀ ਕਰ ਸਕਦੇ ਆ ਜੀ ਤੁਸੀਂ ਅਗਰ ਆਸਟ੍ਰੇਲੀਆ ਬੈਠਾ ਬੰਦਾ ਹੋਰਾਂ ਨੂੰ ਕੋਈ ਲੜਕਾ ਜਾਂ ਲੜਕੀ ਅਮਰੀਕਾ ਜਾਂ ਕੈਨੇਡਾ ਚਾਹੀਦਾ ਤੇ ਉਹ ਤਾਂ ਤੁਸੀਂ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਦੇਖੋ ਸਾਨੂੰ ਰਜਿਸਟ੍ਰੇਸ਼ਨਸ ਆਲ ਓਵਰ ਵਰਲਡ ਇਨ ਹੋ ਰਹੀਆਂ ਨੇ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਸਾਡੀ ਬਹੁਤ ਅਸੀਂ ਰਿਜਿਸਟ੍ਰੇ ਕਰਵਾਏ ਨੇ ਬ੍ਰਿਸਬੇਨ ਦੇ ਵਿੱਚ ਸਾਡਾ ਆਪਣੇ ਲੋਕਲ ਪ੍ਰੈਜ਼ੈਂਸ ਉੱਥੇ ਵੀ ਹੈਗੀ ਹੈ ਉਹ ਬਾਕੀ ਵੈਬਸਾਈਟ ਤੇ ਅਗਰ ਤੁਸੀਂ ਜਾਓਗੇ ਤੇ ਸਾਰੇ ਨੰਬਰ ਨੰਬਰ ਉੱਤੇ ਫੋਨ ਆਫਿਸ ਸਾਰੇ ਉੱਤੇ ਅਵੇਲੇਬਲ ਨੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਡਿਪੈਂਡਿੰਗ ਔਨ ਤੁਹਾਡੀ ਕੀ ਕੋਈ ਕਰੰਟ ਲੋਕੇਸ਼ਨ ਹੈ ਉਹਦੀ ਟਾਈਮਿੰਗ ਦੇ ਹਿਸਾਬ ਨਾਲ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਦੋ ਤੋਂ 4 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਰਿਸ਼ਤਾ ਡਨ ਕਰਵਾਇਆ ਜਾਏ ਤੇ ਕਈ ਵਾਰੀ ਇਹ ਮੈਂ ਦੇਖਿਆ ਜੀ ਅਸੀਂ ਇੱਕ ਭਾਜੀ ਸੀ ਹੁਣ ਇਹ ਲੋਕ ਲੋਕਲੇ ਇੱਕ ਰਿਸ਼ਤਾ ਕਰਵਾਏ ਸੀ ਆਪਣੇ ਜੀ ਲੜਕੀ ਡਾਕਟਰ ਸੀ ਡਾਕਟਰ ਬਣਦੇ ਬਹੁਤ ਟਾਈਮ ਲੱਗ ਜਾਂਦਾ ਜੀ ਰਾਈਟ ਸੋ ਉਹਨਾਂ ਦੀ ਮਦਰ ਦੇ ਨਾਲ ਗੱਲਬਾਤ ਹੋਈ ਕਹਿੰਦੇ ਕਿ ਅਸੀਂ ਨਾ 25 ਸਾਲ ਦੀ ਉਮਰ ਚੋਂ ਸ਼ੁਰੂ ਕੀਤਾ ਸੀ ਰਿਸ਼ਤਾ ਦੇਖਣਾ ਲੇਕਿਨ ਅੱਜ ਅੱਜ ਦੀ ਡੇਟ 'ਚ ਬੇਟੀ ਦੀ 34 ਸਾਲ ਦੀ ਉਮਰ ਹੋ ਗਈ ਹੈ ਜੀ ਤੇ ਹਜੇ ਤੱਕ ਕੋਈ ਚੰਗਾ ਰਿਸ਼ਤਾ ਮਿਲਿਆ ਨਹੀਂ ਗੁਰਦੁਆਰਿਆਂ ਦੇ ਵਿੱਚ ਅਸੀਂ ਟਰਾਈ ਕੀਤਾ ਅਸੀਂ ਆਪਣੇ ਭੈਣ ਭਰਾਵਾਂ ਨੂੰ ਦੱਸ ਪਾਈ ਕਿ ਕੋਈ ਚੰਗਾ ਰਿਸ਼ਤਾ ਦੱਸੋ ਕਹਿੰਦੇ ਸਾਨੂੰ ਇੰਡੀਆ ਵਿੱਚੋਂ ਆਉਂਦੇ ਸੀ ਸਾਨੂੰ ਕਾਲਾਂ ਲੇਕਿਨ ਅਸੀਂ ਡੈਫੀਨੇਟਲੀ ਉਹ ਰਿਸ਼ਤੇ ਨਹੀਂ ਸੀ ਲੱਭ ਰਹੇ ਉਹਨਾਂ ਦੀਆਂ ਪ੍ਰੈਫਰੈਂਸਿਸ ਥੋੜੀਆਂ ਪਾਰਟਿਕੂਲਰ ਸੀ ਕਿਉਂਕਿ ਉਹ ਦੇਖ ਰਹੇ ਸੀ ਲੜਕਾ ਡਾਕਟਰ ਜਾਂ ਸਰਜਨ ਹੋਵੇ ਸੋ ਕਹਿੰਦੇ ਕਿ ਅੱਜ ਦੀ ਡੇਟ ਦੇ ਵਿੱਚ ਸਾਨੂੰ ਕਰਨ ਸਿੰਘ ਕਈ ਵਾਰੀ ਮੈਨੂੰ ਨੀਂਦ ਵੀ ਨਹੀਂ ਆਉਂਦੀ ਰਾਤ ਨੂੰ ਇਹ ਸੋਚ ਕੇ ਕਿ ਪਤਾ ਨਹੀਂ ਬੇਟੀ ਵਾਸਤੇ ਕਿ ਚੰਗਾ ਰਿਸ਼ਤਾ ਮਿਲੇਗਾ ਵੀ ਕਿ ਨਹੀਂ ਕਿ ਕਿ ਹੁਣ ਐਨੇ ਖਰਚੇ ਪੜਾਈਆਂ ਤੇ ਕਰਤੇ ਨੇ ਐਨਾ ਪੜਾਇਆ ਲਿਖਾਇਆ ਜੇ ਕੱਲ ਨੂੰ ਕੋਈ ਰਿਸ਼ਤਾ ਨਾ ਮਿਲੇ ਚੰਗਾ ਤੇ ਇਟਸ ਵੈਰੀ ਕਹਿ ਲੋ ਕਿ ਸਟ्रेस ਵਾਲੀ ਸਿਚੁਏਸ਼ਨ ਹੁੰਦੀ ਹੈ ਘਰ ਦੇ ਵਿੱਚ ਸੋ ਪਾਜੀ ਅਸੀਂ ਉਹਨਾਂ ਦੇ ਪ੍ਰੋਸੈਸ ਸ਼ੁਰੂ ਕੀਤਾ ਤਿੰਨ ਰਿਸ਼ਤੇ ਦਿਖਾਏ ਉਹਨਾਂ ਦੇ ਵਿੱਚੋਂ ਕਿਤੇ ਗੱਲਬਾਤ ਨਹੀਂ ਬਣੀ ਚੌਥਾ ਰਿਸ਼ਤਾ ਦਿਖਾਇਆ ਲੋਕਲੀ ਐ ਨਿਊਯਾਰਕ ਤੋਂ ਇੱਕ ਰਿਸ਼ਤਾ ਸੀ ਤੇ ਆਪਣਾ ਉਹ ਵੀ ਲੜਕਾ ਸਰਜਨ ਸੀ ਬਹੁਤ ਵਧੀਆ ਜੱਟ ਸਿਕ ਪਰਿਵਾਰ ਤੋਂ ਸੋ ਉਹਨਾਂ ਲੜਕਾ ਲੜਕੀ ਆਪਸ ਦੇ ਵਿੱਚ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਚਾਰ ਮੀਟਿੰਗਸ ਹੋਈਆਂ ਉਹਨਾਂ ਦੇ ਆਪਸ ਦੇ ਵਿੱਚ ਪੰਜਵੀਂ ਮੀਟਿੰਗ ਸਿਰਫ ਫੈਮਿਲੀ ਦੀ ਕਰਵਾਈ ਜੀ ਜਦੋਂ ਫੈਮਿਲੀ ਦੀ ਮੀਟਿੰਗ ਹੋ ਜੇ ਤੁਸੀਂ ਸਮਝ ਲਓ ਕਿ 99.9% ਰਿਸ਼ਤਾ ਤੁਹਾਡਾ ਡਨ ਹੋ ਜਾਂਦਾ ਸੋ ਰਿਸ਼ਤਾ ਅੱਜ ਦੀ ਡੇਟ ਵਿੱਚ ਹਾਂਜੀ ਜੀ ਪੱਕਾ ਰਿਸ਼ਤਾ ਹੋ ਗਿਆ ਤੇ ਪੇਰੈਂਟਸ ਆਰ ਐਕਸਟ੍ਰੀਮਲੀ ਹੈਪੀ ਜੀ ਅੱਛਾ ਇੱਕ ਹੋਰ ਬੜਾ ਅਹਿਮ ਸਵਾਲ ਆ ਸੁਣਨ ਵਾਲਿਆਂ ਦੇਖਣ ਵਾਲੇ ਦਿਮਾਗ ਦੇ ਵਿੱਚ ਵੀ ਹੋਏਗਾ ਅਸੀਂ ਵਿਚੋਲਿਆਂ ਦੀ ਗੱਲ ਕਰੀਏ ਤੇ ਫਿਰ ਬਾਅਦ ਦੇ ਵਿੱਚ ਵਿਚੋਲੇ ਦੀ ਮੁੰਦੀ ਹੁੰਦੀ ਵਿਚੋਲਣ ਦੀਆਂ ਵਾਲੀਆਂ ਹੁੰਦੀਆਂ ਤੇ ਉਹਦੇ ਵਿੱਚ ਫਿਰ ਇਹ ਫੀਸ ਵਗੈਰਾ ਜਾਂ ਪਹਿਲਾਂ ਹੁੰਦੀ ਜਾਂ ਕੀ ਹੁੰਦੀ ਥੋੜੀ ਜੀ ਡਿਟੇਲ ਦੱਸ ਦਿਓ ਬਾਕੀ ਤਾਂ ਫਿਰ ਸਾਰੀ ਜਿਹੜੀ ਫੋਨ ਤੇ ਅਗਲਾ ਬੰਦਾ ਪਤਾ ਕਰ ਲੈਂਦਾ ਸਾਈਨ ਅਪ ਵੇਲੇ ਵੀ ਤੇ ਕੁਝ ਹੁੰਦੀ ਫੀਸ ਜਾਂ ਸਾਈਨ ਅਪ ਵੇਲੇ ਕੋਈ ਨਹੀਂ ਹੈ ਕੁਝ ਬਿਲਕੁਲ ਜੀ ਦੇਖੋ ਸਾਡੇ ਕੋਲ ਪ੍ਰੋਫਾਈਲ ਬਣਾਉਣਾ ਐਬਸੋਲੂਟਲੀ ਫ੍ਰੀ ਹੈ ਫ੍ਰੀ ਆਫ ਕਾਸਟ ਕੋਈ ਚਾਰजेस ਨਹੀਂ ਹੈਗੇ ਅਗਰ ਤੁਸੀਂ ਅੱਗੇ ਸਰਵਿਸ ਲੈਣਾ ਚਾਹੁੰਦੇ ਹੋ ਜੋ ਕਿ 5 ਮਹੀਨੇ ਦੀ ਸਰਵਿਸ ਹੈ ਜਿਸ ਦੇ ਵਿੱਚ ਤੁਹਾਨੂੰ ਵਧੀਆ-ਵਧੀਆ ਰਿਸ਼ਤੇ ਦਿਖਾਏ ਜਾਂਦੇ ਨੇ ਤੁਹਾਨੂੰ ਇੱਕ ਵਿਚੋਲਾ ਯਾਨੀ ਕਿ ਰਿਲੇਸ਼ਨਸ਼ਿਪ ਮੈਨੇਜਰ ਤੁਹਾਨੂੰ ਅਸਾਈਨ ਕੀਤਾ ਜਾਂਦਾ ਉਹ ਤੁਹਾਡੀ ਪ੍ਰੋਪਰ ਪ੍ਰੋਫਾਈਲ ਤੇ ਕੰਮ ਕਰਦੇ ਨੇ ਸੋ ਉਹਦੇ ਚਾਰजेस ਹੈਗੇ ਨੇ ਮਿਨਿਮਮ ਚਾਰजेस ਹੈਗੇ ਨੇ 599 ਡਾਲਰਸ ਠੀਕ ਹੈ ਜੀ ਤੇ ਤੁਸੀਂ ਸ਼ੁਰੂ ਸ਼ੁਰੂਆਤ ਕਰ ਸਕਦੇ ਹੋ ਆਪਣੀ ਤੇ ਮੇਰਾ ਤੇ ਇਹ ਮੰਨਣਾ ਭਾਜੀ ਕਿ ਅਮਾਉਂਟ ਇਜ਼ ਵੈਰੀ ਨੋਮੀਨਲ ਜੇ ਕੱਲ ਨੂੰ ਤੁਹਾਡੀ ਜ਼ਿੰਦਗੀ ਦੇ ਤੁਹਾਡੇ ਬੇਟਾ ਬੇਟੀ ਵਾਸਤੇ ਇੱਕ ਜੀਵਨ ਸਾਥੀ ਮਿਲਦਾ ਮੇਰੇ ਖਿਆਲ ਅਨੁਸਾਰ ਜਿੱਥੇ ਆਪਾਂ ਹਜ਼ਾਰਾਂ ਡਾਲਰ ਵੇਵਾਂ ਤੇ ਸ਼ਾਦੀਆਂ ਤੇ ਖਰਚਦੇ ਆ ਇਟਸ ਅ ਵੈਰੀ ਵੈਰੀ ਨੋਮినਲ ਅਮਾਉਂਟ ਤੁਸੀਂ ਤੁਹਾਨੂੰ ਡੈਫੀਨੇਟਲੀ ਟਰਾਈ ਕਰਨਾ ਚਾਹੀਦਾ ਕਿਉਂਕਿ ਕੋਈ ਨਹੀਂ ਪਤਾ ਇਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਜਿਹੜੇ ਰਿਸ਼ਤੇ ਨੇ ਸਾਡੇ ਕੋਲ ਉਹਨਾਂ ਦੇ ਵਿੱਚੋਂ ਤੁਹਾਡੇ ਵਾਸਤੇ ਵੀ ਇੱਕ ਅੱਛਾ ਜੀਵਨ ਸਾਥੀ ਮਿਲ ਸਕਦਾ ਮਿਲ ਸਕਦਾ ਜੀ ਬਿਲਕੁਲ ਦੂਜੀ ਗੱਲ ਅਸੀਂ ਇਹ ਜਰੂਰ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹਾਂਗੇ ਵੀ ਇਹਦੇ ਤਹਿਤ ਫਰਾਡ ਵੀ ਬੜੇ ਹੁੰਦੇ ਨੇ ਖਾਸ ਤੌਰ ਤੇ ਭਾਰਤੀ ਗੱਲ ਕਰੀਏ ਸਾਡੇ ਦੋ ਤਿੰਨ ਬੰਦੇ ਉਹਨਾਂ ਕੋਲ ਜਾ ਕੇ ਈਦਾ ਠੱਗੇ ਜਾ ਸਕੇ ਤੇ ਬਾਅਦ ਦੇ ਵਿੱਚ ਉਹਨਾਂ ਦਾ ਦਫ਼ਤਰ ਵੀ ਨਹੀਂ ਲੱਭਦਾ ਸੋ ਪੱਕੇ ਪੈਰੀ ਜਿਹੜੇ ਹੈਗੇ ਨੇ ਜਿਵੇਂ ਕਰਨ ਸਿੰਘ ਜੀ ਨੂੰ ਅਸੀਂ ਪੁਰਾਣੇ ਜਾਣਦੇ ਆ ਕੰਪਨੀ ਇਹਨਾਂ ਦੀ ਵੀ ਏ ਰਖਾਲ ਕਾਫੀ ਪੁਰਾਣੀ ਹੈ ਕਿੰਨੀ ਦੇਰ ਹੋਈ ਕੰਪਨੀ ਪਾਜੀ ਆ ਬਿਲਕੁਲ ਪਾਜੀ ਸਾਨੂੰ 7 ਸਾਲ ਹੋ ਗਏ ਨੇ ਸਰਵਿਸ ਪ੍ਰੋਵਾਈਡ ਕਰਦੇ ਆ ਬਿਲਕੁਲ ਕਮਿਊਨਿਟੀ ਦੇ ਵਿੱਚ ਹੈਗੇ ਸਾਡੇ ਦੇਸ਼ਾਂ ਹਾਂਜੀ ਕਮਿਊਨਿਟੀ ਦੇ ਵਿੱਚ ਹੈਗੇ ਹੋ ਸੋ ਬਿਲਕੁਲ ਸਹੀ ਰਿਸ਼ਤਾ ਲੈਣ ਵਾਸਤੇ ਜਰੂਰ ਕਾਲ ਕਰ ਸਕਦੇ ਹੋ ਕਿਸੇ ਵੀ ਉਮਰ ਦਾ ਕੋਈ ਰਿਸ਼ਤਾ ਚਾਹੁੰਦੇ ਸਾਡੇ ਦਰਸ਼ਕ ਤਾਂ ਜਰੂਰ ਲੈ ਸਕਦੇ ਤੇ ਆਮ ਤੌਰ ਤੇ ਭਾਜੀ ਜਿਹੜੀ ਇੱਕ ਸਮੱਸਿਆ ਆਉਂਦੀ ਮੁੰਡੇ ਨੂੰ ਆਉਂਦੀ ਵੱਧ ਜਾਂ ਕੁੜੀ ਨੂੰ ਰਿਸ਼ਤਾ ਲੱਭਣ ਦੇ ਵਿੱਚ ਜਾਂ ਦੋਨਾਂ ਨੂੰ ਹੀ ਬਰਾਬਰ ਹੈ ਐ ਭਾਜੀ ਮੇਰੇ ਖਿਆਲ ਦੇ ਨਾਲ ਤੇ ਦੋਵਾਂ ਨੂੰ ਬਰਾਬਰੀ ਆਉਂਦੀ ਹੈ ਬਿਕੋਜ਼ ਜਦੋਂ ਆਪਾਂ ਰਿਸ਼ਤਾ ਦੇਖੀਏ ਜੀ ਜਿੰਨੀਆਂ ਤੁਹਾਡੀਆਂ ਪ੍ਰੈਫਰੈਂਸਿਸ ਕਹੋ ਕਿ ਲਿਮਿਟਡ ਨੇ ਉਹਨਾਂ ਕੋਈ ਵੀ ਚੈਲੰਜਸ ਵਜ੍ਹਾ ਜਾਂਦੇ ਨੇ। ਕਈ ਵਾਰੀ ਸਾਡੇ ਕੋਲ ਕਲਾਈਂਟਸ ਆਉਂਦੇ ਨੇ ਜਿਨ੍ਹਾਂ ਦੀਆਂ ਪ੍ਰੈਫਰੈਂਸਿਸ ਬਿਲਕੁਲ ਲਿਮਿਟਡ ਹੁੰਦੀਆਂ ਨੇ। ਮੰਨ ਲਓ ਕਿ ਉਹ ਕਹਿੰਦੇ ਨੇ ਕਿ ਹਾਂਜੀ ਸਿਰਫ ਅਸੀਂ ਇਸ ਇਹੀ ਸ਼ਹਿਰ ਦਾ ਰਿਸ਼ਤਾ ਦੇਖ ਰਹੇ ਹਾਂ। ਅਸੀਂ ਏਜ ਬ੍ਰੈਕਟ ਵੀ ਹੋਣੇ ਮਨਾਜ ਸਵੇਰੇ ਕਾਲ ਆਈ ਕਲਾਈਂਟ ਦੀ ਐਂਡ देयर ਵਾਸ ਦੇ ਵਰ ਵੈਰੀ ਐਫਲੂਐਂਟ ਫੈਮਿਲੀ ਬਹੁਤ ਮਤਲਬ ਆਪਣੀ ਰਿਚ ਫੈਮਿਲੀ ਸੀ। ਉਹ ਉਹਨਾਂ ਦੀ ਪ੍ਰੇਫਰੈਂਸ ਇਹੀ ਸੀ ਕਿ ਲੜਕਾ ਲੜਕੀ ਵਾਸਤੇ ਬੇਟੀ ਵਾਸਤੇ ਦੇਖ ਰਹੇ ਸੀ ਆਪਣੇ ਕਿ ਲੜਕਾ ਅਸੀਂ ਸਿਰਫ 2 ਸਾਲ ਵੱਡਾ ਚਾਹੁੰਦੇ ਆ ਠੀਕ ਹੈ ਜੀ ਤੇ ਯਾਰ ਸਾਨੂੰ ਟਾਪ bizness class ਹੋਵੇ ਫੈਮਿਲੀ ਜਾਂ ਸਾਨੂੰ ਆਪਣਾ ਲੜਕਾ ਆਪਣਾ ਜਾਂ ਕੋਈ ਡਾਕਟਰ ਲਾਇਰ ਟਾਪ ਹੋਵੇ ਉਸ ਤਰ੍ਹਾਂ ਦਾ ਹੀ ਰਿਸ਼ਤਾ ਚਾਹੀਦਾ ਤੇ ਚਾਹੀਦਾ ਵੀ ਸਾਨੂੰ ਜੱਟ ਸਿੱਖ ਫੈਮਿਲੀ ਦੇ ਵਿੱਚੋਂ ਆ ਤੇ ਚਾਹੀਦਾ ਵੀ ਸਾਨੂੰ ਸਾਡੀ ਸਿਟੀ ਜਾਂ ਸਾਡੇ ਪ੍ਰੋਵਿੰਸ ਦੇ ਵਿੱਚੋਂ ਸੋ ਕਈ ਵਾਰੀ ਜਦੋਂ ਇੰਨੀਆਂ ਪਾਰਟਿਕਲ ਰਿਕੁਆਇਰਮੈਂਟਸ ਹੁੰਦੀਆਂ ਮੇਬੀ ਦਿੱਕਤ ਆ ਸਕਦੀ ਆ ਲੇਕਿਨ ਜਦੋਂ ਤੁਸੀਂ ਰਿਸ਼ਤਾਡਿਪੋ.com ਦੇ ਨਾਲ ਸਾਈਨ ਅਪ ਕਰੋ ਤੇ ਸਾਡੇ ਕੋਲ ਤੇ ਹਰ ਇੱਕ ਸ਼ਹਿਰ ਦੇ ਹਰ ਇੱਕ ਕਾਸਟ ਦੇ ਰਿਲੇਸ਼ਨਸ਼ਿਪ ਮੈਨੇਜਰਸ ਕੋ ਸਾਡੇ ਡਾਟਾਬੇਸ ਕੋ ਰਿਸ਼ਤੇ ਹੁੰਦੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਇੰਨੇ ਰਿਸ਼ਤੇ ਹੁੰਦੇ ਨੇ ਕਿ ਤੁਹਾਨੂੰ ਲੇਕਿਨ ਕਿਸ ਤਰ੍ਹਾਂ ਪਤਾ ਚੱਲੇ ਪਤਾ ਨਹੀਂ ਲੱਗਦਾ ਜੀ ਰਾਈਟ ਇੱਕ ਕਾਸਤ ਦਾ ਪਤਾ ਨਹੀਂ ਲੱਗਦਾ ਆਮ ਹੋ ਸਕਦਾ ਗਵਾਂਢ ਦੇ ਵਿੱਚ ਹੀ ਤੁਹਾਡੀ ਕਾਸਤ ਦਾ ਕੋਈ ਬੰਦਾ ਰਹਿੰਦਾ ਹੋਵੇ ਤੇ ਜਿਹੜੇ ਕਾਸਤ ਦੇ ਵਿੱਚ ਕਰਨਾ ਚਾਹੁੰਦੇ ਆ ਤੇ ਉਹ ਪਤਾ ਨਹੀਂ ਲੱਗਦਾ ਤੁਹਾਡੇ ਕੋਲ ਸਾਰਾ ਉਹ ਵਧੀਆ ਜੀ ਮਿਲ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਦੇਖੋ ਸੇ ਸ਼ਹਿਰ ਦੇ ਵਿੱਚ ਆਪਣੇ ਨਿਊਯਾਰਕ ਦੇ ਵਿੱਚ ਐਲ ਏ ਦੇ ਵਿੱਚ ਆਪਣੇ ਸੈਨ ਫਰਾਂਸਿਸਕੋ ਦੇ ਵਿੱਚ ਆਪਣੇ ਬੋਟ ਸਿਟੀ ਦੇ ਵਿੱਚ ਇੰਨੇ ਰਿਸ਼ਤੇ ਕਰਵਾਏ ਨੇ ਕਿ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਮਤਲਬ ਇਹ ਬੰਦਾ ਐਗਜ਼ਿਸਟ ਵੀ ਕਰਦਾ ਸਾਡੇ ਸ਼ਹਿਰ ਦੇ ਵਿੱਚ ਲੇਕਿਨ ਉਹ ਸਾਡੇ ਨੂੰ ਸਾਡੇ ਕੋਲ ਬਾਕਾਇਦਾ ਸਾਈਨ ਅਪ ਕਰਦੇ ਨੇ ਸਾਨੂੰ ਦੱਸਦੇ ਨੇ ਸਾਡੇ ਕੋਲ ਪੇਰੈਂਟਸ ਬਹੁਤ ਆਉਂਦੇ ਨੇ ਆਪਣੇ ਬੇਟਾ ਬੇਟੀ ਦੇ ਰਿਸ਼ਤਾ ਲੈ ਕੇ ਸਾਡੇ ਕੋਲ ਇੰਡੀਆ ਤੋਂ ਬਹੁਤ ਰਿਸ਼ਤੇ ਆਉਂਦੇ ਨੇ ਹੁਣ ਇੰਡੀਆ ਦੇ ਰਿਸ਼ਤੇਾਂ ਦੀ ਜੇ ਗੱਲ ਕਰੀਏ ਤੇ ਜਿਹੜੇ ਇੱਥੋਂ ਦੇ ਲੋਕਲ ਬੱਚੇ ਨੇ ਜਿਹੜੇ ਕਿ ਬੌਰਨ ਰੇਜ਼ ਨੇ ਇੱਥੋਂ ਦੇ ਅ ਜਨਰਲੀ ਦੇ ਪ੍ਰਿਫਰ ਕਰੇ ਸਾਨੂੰ ਇੱਥੇ ਹੀ ਲੋਕਲ ਰਿਸ਼ਤਾ ਹੋਵੇ ਸਾਡੇ ਬਾਰਨ ਰੇਜ਼ ਦੀ ਹੋਵੇ ਲੇਕਿਨ ਆਪਣੇ ਬਹੁਤ ਫੈਮਿਲੀਸ ਆਈਆਂ ਨੇ ਮਾਈਗ੍ਰੇਟ ਕੀਤੀਆਂ ਨੇ ਚਾਹੇ ਕੈਨੇਡਾ ਦੇ ਵਿੱਚ ਇੰਡੀਆ ਦੇ ਵਿੱਚ ਜੋ ਕਿ ਜਿਨ੍ਹਾਂ ਨੂੰ ਪਿਛਲੇ 5-7 ਸਾਲਾਂ 10 ਸਾਲਾਂ ਦੇ ਵਿੱਚ ਹਾਂਜੀ ਸੋ ਉਹਨਾਂ ਦੀ ਇਹ ਪ੍ਰੇਫਰੈਂਸ ਹੁੰਦੀ ਹੈ ਕਿ ਅਸੀਂ ਇੰਡੀਆ ਦੇ ਵਿੱਚ ਵੀ ਰਿਸ਼ਤਾ ਕਰ ਸਕਦੇ ਹਾਂ ਜਿਕਰਨ ਜੀ ਕਾਲ ਸੀਆਈ ਲੈ ਲੀਏ ਹੁਣ ਜਾਂ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਉਹ ਤੁਹਾਡੇ ਨੰਬਰ ਤੇ ਕਾਲ ਕਰ ਲੈਣਗੇ ਕਿਉਂਕਿ ਸਮਾ ਆਪਣਾ ਖਤਮ ਹੋ ਗਿਆ तकरीबन ਤੇ ਮੈਂ ਸਾਡੇ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ ਜਿੰਨੇ ਵੀ ਇਸ ਟਾਈਮ ਜੁੜੇ ਨੇ ਕੋਈ ਰਿਸ਼ਤੇ ਦੀ ਗੱਲ ਕਰਨੀ ਹੈ ਤੇ ਨੰਬਰ ਇਹਨਾਂ ਦਾ ਕੈਨੇਡਾ ਦਾ 905 481 ਤੇ 1166 ਸਕਰੀਨ ਤੇ ਆ ਰਿਹਾ ਤੇ ਯੂ ਐਸ اے ਦਾ ਹੈਗਾ 213 320 1006 ਤੇ ਕਿਤੇ ਵੀ ਸੰਪਰਕ ਕਰ ਸਕਦੇ ਹੋ ਵੈਬਸਾਈਟ ਜਿਹੜੀ ਹੈਗੀ rishtadippu.com ਤੇ ਜਾ ਕੇ ਵੀ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦਾ ਹੋਂਦਾ ਨੰਬਰ ਚਾਹੀਦਾ ਹੋਵੇ ਕਈ ਵਾਰੀ ਹੁੰਦਾ ਵੀ ਡਾਇਰੈਕਟਰ ਬੰਦਾ ਚਾਹੁੰਦਾ ਜੀ ਅਸੀਂ ਪਹਿਲਾਂ ਕਰਨ ਜੀ ਨਾਲ ਗੱਲ ਕਰਨੀ ਚਾਹੁੰਦੇ ਹਾਂ ਵੈਸੇ ਮੰਨ ਦੀ ਤਸੱਲੀ ਵਾਸਤੇ ਤਾਂ ਤੁਸੀਂ ਮੈਨੂੰ ਕਾਲ ਕਰਕੇ ਮੇਰਾ 209 450 3362 ਨੰਬਰ ਸਾਰਿਆਂ ਕੋਲੇ ਹੈਗਾ ਤੇ ਮੈਨੂੰ ਸੰਪਰਕ ਕਰ ਸਕਦੇ ਹੋ। ਇਹ ਕਰਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਇੱਕ ਬਹੁਤ ਵਧੀਆ ਦੋ ਪਰਿਵਾਰਾਂ ਨੂੰ ਜੋੜਨਾ, ਦੋ ਦਿਲਾਂ ਨੂੰ ਜੋੜਨਾ ਇੱਕ ਬਹੁਤ ਵੱਡਾ ਪੁੰਨ ਵਾਲਾ ਕੰਮ ਵੀ ਹੈਗਾ। ਤੁਸੀਂ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਕਰਨ ਸਿੰਘ ਜੀ ਸਾਡੇ ਨਾਲ ਜੁੜੇ ਸੀ ਰਿਸ਼ਤਾ dipu.com ਤੋਂ ਰਿਸ਼ਤਾ dipu ਰਿਸ਼ਤੇ ਹਰ ਤਰ੍ਹਾਂ ਦੇ ਰਿਸ਼ਤੇ ਕਰਾਉਣ ਵਾਸਤੇ ਮਾਹਿਰ ਨੇ ਔਰ ਇਹਨਾਂ ਕੋ ਸਟਾਫ ਜਿਹੜਾ ਹੈਗਾ ਉਹ ਵੀ ਸਾਰਾ ਪ੍ਰੋਫੈਸ਼ਨਲ ਹੈਗਾ ਔਰ ਤੁਸੀਂ ਇੱਕ ਵਾਰੀ ਕਾਲ ਜ਼ਰੂਰ ਕਰ ਲਓ ਜੇ ਲੋੜ ਹੈਗੀ ਹੈ ਨੰਬਰ ਸਕਰੀਨ ਤੇ ਆ ਰਿਹਾ ਸੀਗਾ ਜਾਂ ਮੇਰ ਕੋ ਲੈ ਲਓ ਬਾਅਦ ਦੇ ਵਿੱਚ ਤੇ ਅਦਰਵਾਈਜ਼ ਜ਼ਰੂਰ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਉਮੀਦ ਕਰਦਾ ਜੀ ਅੱਜ ਰਿਸ਼ਤਿਆਂ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਊਗਾ ਈਮੇਲ ਕਰ ਸਕਦੇ ਹੋ justadjustbroadcasting.com ਜਾਂ ਫਿਰ info@justbroadcasting.com ਅਖੀਰ ਦੇ ਵਿੱਚ ਤੁਸੀਂ ਸਰ ਖੁਸ਼ ਰਹੋ ਤੰਦਰੁਸਤ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ